ਅੱਜ ਸਾਡੇ ਵਿੱਚ ਸ਼ਾਮਿਲ ਹਨ ਦੋ ਯੰਗ ਪੁਲਿਸ ਆਫਿਸਰਸ ਜਿਨ੍ਹਾਂ ਦੀ ਇਸ ਪ੍ਰੈਜ਼ੈਂਟ ਸਿਚੁਏਸ਼ਨ 'ਤੇ ਪਹੁੰਚਣ ਲਈ ਜਿੱਥੇ ਉਹ ਆਪਣੇ ਰਿਲੀਜੀਅਸ ਆਰਟੀਕਲਸ ਨੂੰ ਫ੍ਰੀਲੀ ਪਾ ਸਕਣ, ਸਾਡੀ ਕਮਿਊਨਿਟੀ ਨੇ ਇੱਕ ਲੜਾਈ ਲੜੀ ਹੈ ਔਰ ਅੱਜ ਇਹ ਰਿਜ਼ਲਟ ਹੈ ਕਿ ਅੱਜ ਸਾਡੇ ਕੋਲ ਦੋ ਪ੍ਰਾਊਡ ਪੁਲਿਸ ਆਫਿਸਰਸ ਸਰਜੰਟ ਗੁਰਵਿੰਦਰ ਸਿੰਘ ਐਂਡ ਪੁਲਿਸ ਆਫਿਸਰ ਨਵਦੀਪ ਸਿੰਘ ਸਾਡੇ ਕੋਲ ਸ਼ਾਮਿਲ ਹਨ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਫੋਰ ਹੈਵਿੰਗ ਅਸ। ਗੁਰਵਿੰਦਰ ਸਿੰਘ ਜੀ, ਤੁਹਾਨੂੰ ਕਿੰਨਾ ਚਿਰ ਹੋ ਗਿਆ NYPD ਜੁਆਇਨ ਕੀਤੇ? ਮੈਨੂੰ ਐਜ਼ ਅ ਪੁਲਿਸ ਆਫਿਸਰ ਮੈਨੂੰ 9 ਸਾਲ ਹੋ ਗਿਆ, ਲੇਕਿਨ ਔਰ NYPD ਦੇ ਨਾਲ ਮੇਰੇ ਕੋਲ ਤੁਹਾਡਾ 12 ਸਾਲ ਨੇ। 12 ਸਾਲ? ਹਾਂਜੀ। ਐਂਡ ਹਾਊ ਅਬਾਊਟ ਯੂ ਨਵਦੀਪ ਸਿੰਘ? ਮੈਨੂੰ ਜੀ NYPD ਨਾਲ 10 ਸਾਲ ਹੋ ਗਏ। 10 ਸਾਲ ਐਜ਼ ਅ ਪੁਲਿਸ ਆਫਿਸਰ? ਹਾਂਜੀ, ਪਰ 10 ਸਾਲ ਹੋ ਗਏ। ਹਾਂਜੀ। ਅੱਛਾ ਜੀ, ਸਾਨੂੰ ਆਪਣੇ ਬਾਰੇ 'ਚ ਦੱਸੋ, ਤੁਸੀਂ ਵੇ ਵਰ ਯੂ ਬੋਰਨ? ਔਰ ਤੁਸੀਂ? ਅਸੀਂ ਪੰਜਾਬ ਤੋਂ ਬੋਰਨ ਹੋਇਆ ਅਤੇ ਮੈਂ 7th grade ਵਿੱਚ ਸੀ ਅਤੇ ਜਦੋਂ ਮੈਂ ਪੰਜਾਬ ਛੱਡ ਕੇ ਇੱਥੇ ਨਿਊਯਾਰਕ ਆਏ ਅਤੇ ਕੁਈਨਸ ਵਿੱਚ ਫੋਰੈਸਟ ਹਿਲਸ ਹਾਈ ਸਕੂਲ ਜੋ ਕਿ ਜਿੱਥੇ ਮੈਂ ਪੜ੍ਹਿਆ ਅਤੇ ਉਸ ਤੋਂ ਬਾਅਦ ਕਾਲਜ ਵਿੱਚ ਬਰਕਲੀ ਕਾਲਜ ਜੋ ਕਿ ਸਿਟੀ ਵਿੱਚ ਹੈ ਉੱਥੇ ਮੈਂ ਬੈਚਲਰਸ ਕੀਤੀ ਬਿਜ਼ਨਸ 'ਚ ਅਤੇ ਉਸ ਟਾਈਮ ਮੈਂ ਕਾਲਜ ਟਾਈਮ ਤੋਂ ਹੀ ਮੈਂ NYPD ਨਾਲ ਕੰਮ ਕਰ ਰਿਹਾ ਅਤੇ ਉਸ ਤੋਂ ਬਾਅਦ ਹੀ ਮੈਂ ਯੂ ਨੋ ਰਾਈਟ ਆਫਟਰ ਕਾਲਜ ਆਈ ਜੁਆਇੰਡ NYPD ਐਜ਼ ਅ ਪੁਲਿਸ ਆਫਿਸਰ ਬਿਫੋਰ ਆਈ ਵਾਸ ਅ ਪੁਲਿਸ ਕੈਡੈਟ ਸੋ ਯੂ ਨੋ ਇਟ ਵਾਸ ਗੁੱਡ ਓਪਰਚੁਨਿਟੀ ਫੋਰ ਮੀ ਆਈ ਸਟਿਲ ਲਿਵ ਇਨ ਕੁਈਨਸ ਸੋ ਯੂ ਨੋ ਆਈ ਵਰਕ ਇਨ ਕੁਈਨਸ ਆਈ ਲਿਵ ਇਨ ਕੁਈਨਸ ਸੋ ਇਟਸ ਗੁੱਡ ਆਈ ਐਮ ਵੈਰੀ ਪ੍ਰਾਊਡ ਐਂਡ ਨਵਦੀਪ ਸਿੰਘ ਜੀ ਤੁਸੀਂ ਜੀ ਮੈਂ ਇੱਥੇ ਅਸਾਂ ਆਪਣੇ ਪੰਜਾਬ ਤੋਂ ਆਇਆ ਸੀਗਾ 8th grade ਵਿੱਚ ਤਾਂ ਇੱਥੇ ਕੁਈਨ ਐਕਚੁਅਲੀ LIC ਪੜ੍ਹਿਆ ਮੈਂ ਬ੍ਰਾਇੰਟ ਹਾਈ ਸਕੂਲ ਉਸ ਤੋਂ ਬਾਅਦ ਮੈਂ ਅੱਗੇ ਆਇਆ ਸਫਰ ਕਮਿਊਨਿਟੀ ਕਾਲਜ ਫੋਰ 2 ਈਅਰਸ ਐਂਡ ਉਸ ਤੋਂ ਬਾਅਦ 4 ਈਅਰਸ ਬੈਚਲਰਸ ਫਰੋਮ ਸਟੋਨੀਬਰਗ ਯੂਨੀਵਰਸਿਟੀ ਫਰੋਮ ਲੋਂਗ ਆਈਲੈਂਡ ਤਾਂ ਉੱਤੋਂ ਆਈ ਹੈਡ ਦ ਪ੍ਰੋਸੈਸ ਗੋਇੰਗ ਔਨ ਵਾਇਲ ਆਈ ਵਾਸ ਇਨ ਕਾਲਜ ਸੋ ਮੈਂ ਗ੍ਰੈਜੂਏਟ ਹੋਇਆ ਹਾਂ 2 ਹਫ਼ਤੇ ਬਾਅਦ ਮੈਂ NYPD ਜੁਆਇਨ ਕਰ ਲਈ ਬਿਕੋਜ਼ ਦ ਪ੍ਰੋਸੈਸ ਵਾਸ ਆਲਰੇਡੀ ਦੇਅਰ ਵਿਦ ਇਨ 3 ਈਅਰਸ ਸੋ 2 ਹਫ਼ਤੇ ਬਾਅਦ ਆਈ ਵਾਸ NYPD ਐਂਡ ਸਿੰਸ ਦੈਨ ਇਟਸ ਅ ਗੁੱਡ ਪ੍ਰੋਸੈਸ ਇਨ NYPD ਫੋਰ 10 ਈਅਰਸ ਆਈ ਐਮ ਸ਼ੋਰ ਇਹ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਕਾਲਜ ਖਤਮ ਕਰਨ ਤੋਂ ਪਹਿਲਾਂ ਹੀ ਐਜ਼ ਕੈਡਿਟਸ ਜੁਆਇਨ ਕਰ ਲਿੱਤਾ, ਇਹ ਸਾਨੂੰ ਦੱਸੋਗੇ ਇਸ ਬਾਰੇ ਕੁਛ? ਸੋ ਪਲੀਸ ਕਡੈਟਸ ਜੋ ਕਿ ਇੱਕ ਪ੍ਰੋਗਰਾਮ ਹੈ ਇਟਸ ਅ ਫੇਅਰ ਇੰਟਰਨਸ਼ਿਪ ਸੋ ਵਟ ਹੈਪਨਸ ਇਜ਼ ਵਾਇਲ ਯੂ ਆਰ ਇਨ ਕਾਲਜ ਸੋ ਦ NYPD ਵਿਲ ਆਫਰ ਯੂ ਅ ਫੇਅਰ ਇੰਟਰਨਸ਼ਿਪ ਫੋਰ ਅਪ ਟੂ ਯੂ ਨੋ ਯੂ ਨੀਡ 45 credits ਰਾਈਟ ਟੂ ਬਿਕਮ ਅ ਪੁਲਿਸ ਕਡੈਟ ਐਂਡ ਦੈਨ ਯੂ ਨੋ ਯੂ ਮਸਟ ਕੰਪਲੀਟ ਯੂਰ ਬੈਚਲਰਸ and then you'll be the first in line to get hired by the NYPD as a police officer okay. you know skipping everyone else because you're already in the police department so it down the AKA college vich tonu tusi utte 10 saal kar do ta 10 saal te karde ha tonu paid vi karde ha te naale tonu har semester vich scholarship yani ke you know tuition assistant vi dende ha ke acha je tu public school ch padde ha 2500 a semester te je private college padde ha 5000 semester ta dende ha te upro top te jo I think hun $17 pay ha unna di oh vi karde ne so par eda fayda eh ho janda tuhanu jadon tu college vich ho tuhanu process start kar dande ha ਅਤੇ ਜਦੋਂ ਤੁਸੀਂ ਗ੍ਰੈਜੂਏਟ ਹੁੰਦੇ ਆ ਤੁਹਾਡੇ ਲਈ ਜੋਬ ਵੀ ਲਾਈਨਡ ਅਪ ਹੁੰਦੀ ਹੈ ਸੋ ਬਹੁਤ ਵਧੀਆ ਪ੍ਰੋਸੈਸ ਹੈ ਜੋ ਕਿ ਆਪਣੇ ਸ਼ਾਇਦ ਬਹੁਤ ਕਾਲਜ ਸਟੂਡੈਂਟਸ ਆਪਣੇ ਪੰਜਾਬੀ ਸਿੱਖ ਹੋਣ ਜਿਹਨਾਂ ਨੂੰ ਨਹੀਂ ਪਤਾ ਤੋ ਅਸੀਂ ਉਹ ਪ੍ਰਮੋਟ ਕਰ ਰਹੇ ਹਾਂ ਇਸ ਟਾਈਮ ਆਪਣੇ ਐਟਲੀਸਟ 10 to 15 ਸਰਦਾਰ ਨੇ ਸਿੱਖ ਸਰਦਾਰ ਜੋ ਕਿ ਕਡੈਟ ਪ੍ਰੋਗਰਾਮਸ ਨੇ ਸੋ ਆਈ ਵਾਸ ਵਨ ਆਫ ਦ ਓਰੀਜਨਲ ਵਨਸ ਅਤੇ ਹੁਣ ਆਪਾਂ ਦੇਖ ਰਹੇ ਹਾਂ ਕਿ ਹੌਲੀ ਹੌਲੀ ਯੂ ਨੋ ਐਵਰੀਵਨ ਇਜ਼ ਲਰਨਿੰਗ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਸ਼ੇਅਰ ਕੀਤੀ ਹੈ ਇਹ ਸੋ ਹਾਊ ਡੂ ਯੂ ਕੁਆਲੀਫਾਈ ਫੋਰ ਦਿਸ ਪ੍ਰੋਗਰਾਮ ਸੋ ਯੂ ਗਾਟ ਟੂ ਬੀ ਇਨ ਅ 4-year ਕਾਲਜ So, you know, once you have 45 credits, actually you can apply earlier, but once you have 45 credits, you can actually become a police cadet. 45 credits in anything. In but anything. You have to be in a 4-year college. Okay. So, you okay. know, but once you get your bachelor's, you'll be the first one to get hired by the NYPD as a police officer. And ਤੁਸੀਂ ਵੀ ਇਸ ਪ੍ਰੋਗਰਾਮ ਦੇ ਥਰੂ? ਨਹੀਂ ਜੀ, ਮੈਂ ਨਹੀਂ ਸੀਗਾ ਸੀਗਾ ਮੈਂ ਆਪਣਾ ਪ੍ਰੋਸੈਸ ਜਦੋਂ ਮੈਂ ਕਾਲਜ ਜਦੋਂ ਸੀਗਾ ਤਾਂ ਮੈਨੂੰ ਸ਼ੌਂਕ ਸੀਗਾ ਪੁਲਿਸ ਅਫਸਰ ਬਣਨ ਦਾ ਜੀ ਸੋ ਮੈਂ ਆਪਣਾ ਪ੍ਰੋਸੈਸ ਨਾਲ ਨਾਲ ਸ਼ੁਰੂ ਕਰ ਲਿਆ ਸੀਗਾ ਸੋ ਮੈਂ ਪਹਿਲਾਂ ਤਾਂ ਟੈਸਟ ਦਿੱਤਾ ਟੈਸਟ ਹੁੰਦਾ ਤੁਸੀਂ ਉਹ ਟੈਸਟ ਲਈ ਅਪਲਾਈ ਕਰਨਾ ਆ ਤਾਂ ਤੁਹਾਨੂੰ ਟੈਸਟ ਦੀ ਡੇਟ ਆ ਜਾਂਦੀ ਆ ਫਿਰ ਤੁਸੀਂ ਟੈਸਟ ਦਿੱਤਾ ਪਹਿਲਾਂ ਰਿਟਨ ਟੈਸਟ ਹੁੰਦਾ ਆ
ਜਦੋਂ ਤੁਸੀਂ ਪਾਸ ਕਰ ਲੈਂਦੇ ਆ ਫਿਰ ਤੁਹਾਨੂੰ ਲੈਟਰ ਆਉਂਦੀ ਹੈ ਘਰੇ ਕਿ ਤੁਹਾਡਾ ਆਹ ਸਕੋਰ ਆਇਆ ਆ, ਫਿਰ ਲਿਸਟ ਨੰਬਰ ਬਣ ਜਾਂਦੀ ਹੈ ਇੱਕ ਯੂ ਨੋ ਫਰੋਮ 1 ਟੂ ਵਟਐਵਰ ਦ ਲਿਸਟ ਨੰਬਰ ਇਜ਼, ਫਿਰ ਲਿਸਟ ਨੰਬਰ ਬਣ ਜਾਂਦੀ ਆ ਇੱਕ ਐਗਜ਼ਾਮ ਨੰਬਰ ਮਿਲ ਜਾਂਦਾ ਆ। ਸੋ ਲਿਸਟ 'ਤੇ ਬਕਾਇਦਾ ਉਹ ਚੱਲਦੇ ਨੇ ਜਦੋਂ ਫਿਰ ਤੁਹਾਡਾ ਅਗਲਾ ਹੁੰਦਾ ਆ ਫਿਜ਼ੀਕਲ ਐਗਜ਼ਾਮ ਜੀ, ਉਹ ਤੁਹਾਡਾ ਯੂ ਨੋ ਤੁਹਾਡਾ ਭੱਜਣ ਦਾ, ਪੁਸ਼ਅਪਸ ਕਰਨ ਦਾ, ਸਿਟਅਪਸ ਕਰਨ ਦਾ ਉਹ ਲੈਂਦੇ ਨੇ। ਜੇ ਤੁਸੀਂ ਉਹ ਪਾਸ ਕਰ ਲਿਆ ਫਿਰ ਉਹਦਾ ਅਗਲਾ ਸਟੈਪ ਹੈਗਾ ਆ ਤੁਹਾਡਾ ਡਰੱਗ ਟੈਸਟ। ਤੁਸੀਂ ਉਹ ਡਰੱਗ ਟੈਸਟ ਪਾਸ ਕਰੋਗੇ ਉਸ ਤੋਂ ਅਗਲਾ ਸਟੈਪ ਹੁੰਦਾ ਆ ਸਾਈਕੋਲੋਜੀਕਲ, ਯੂ ਨੋ ਦੇ ਤੁਹਾਨੂੰ ਟੈਸਟ ਦਿੰਦੇ ਨੇ, ਯੂ ਨੋ ਤੁਹਾਨੂੰ ਮੀਟਿੰਗ ਕਰਦੇ ਨੇ ਕਿ ਤੁਹਾਡਾ ਸਾਰਾ ਕੁਛ ਠੀਕ ਆ ਸਾਈਕੋਲੋਜੀਕਲ, ਸਾਰਾ ਕੁਛ ਠੀਕ ਆ। ਉਹ ਪਾਸ ਹੋ ਗਿਆ ਫਿਰ ਤੁਹਾਡਾ ਐਂਡ 'ਤੇ ਇੱਕ ਹੋਰ ਫਿਰ ਮਿੰਨੀ ਮੈਡੀਕਲ ਹੁੰਦਾ ਨਾਲ ਡਰੱਗ ਟੈਸਟ ਹੁੰਦਾ ਆ, ਬਿਕੋਜ਼ ਇਟ ਟੇਕਸ ਅ ਲੌਂਗ ਪ੍ਰੋਸੈਸ। ਹੁਣ ਤਾਂ ਸੌਖਾ ਹੋ ਗਿਆ, ਹੁਣ ਤਾਂ ਸਾਲ ਡੇਢ ਸਾਲ 'ਚ ਵਾਰੀ ਆ ਜਾਂਦੀ ਆ, ਪਰ ਉਦੋਂ ਚਾਰ ਸਾਲ ਲੱਗ ਜਾਂਦੇ ਸੀਗੇ। ਅੱਛਾ, ਵਾਰੀ ਹੁੰਦੇ ਆ। ਅਸੀਂ ਇਸ ਸਾਰੇ ਪ੍ਰੋਸੈਸ ਬਾਰੇ ਗੱਲ ਕਰਾਂਗੇ, ਬਟ ਉਹ ਡਿਟੇਲ 'ਚ ਗੱਲ ਕਰਾਂਗੇ। ਪਹਿਲਾਂ ਤੁਸੀਂ ਇਹ ਦੱਸੋ, ਇਹ ਜਿਹੜਾ ਟਰਬਨ ਬਣਨ ਦਾ ਹੱਕ ਹੈ, ਕਿਆ ਇਹ ਸ਼ੁਰੂ ਤੋਂ ਦਿੱਤਾ ਗਿਆ ਕਿ ਜਾਂ ਇਸ ਲਈ ਸਾਨੂੰ ਕੋਈ ਲੜਾਈ ਲੜਨੀ ਪਈ? ਨਹੀਂ, ਇਹ ਪ੍ਰੋਸੈਸ ਆਈ ਥਿੰਕ 2004 ਵਿੱਚ ਸ਼ੁਰੂ ਹੋਇਆ ਸੀ। ਜਿਸ ਟਾਈਮ ਇੱਕ ਟ੍ਰੈਫਿਕ ਏਜੰਸੀ ਜਿਸਨੇ NYPD ਨੂੰ ਸੂ ਕੀਤੀ ਸੀ, ਜਸਜੀਤ ਸਿੰਘ ਜੱਗੀ, ਹਾਂਜੀ, ਉਹਨਾਂ ਨੇ ਸੂ ਕੀਤੀ ਸੀ ਅਤੇ ਉਸ ਤੋਂ ਬਾਅਦ ਲੇਕਿਨ ਉਹ ਜੋਬ ਛੱਡ ਗਿਆ ਸੀਗੇ ਅਤੇ ਉਦੋਂ ਟ੍ਰੈਫਿਕ ਏਜੰਟ ਲਈ ਉਹਨਾਂ ਨੇ ਅਪਰੂਵ ਕਰਤਾ ਸੀਗਾ ਲੇਕਿਨ ਉਹ ਜੋਬ ਛੱਡ ਗਿਆ ਸੀ। ਅਤੇ ਉਸ ਤੋਂ ਬਾਅਦ 2010 ਵਿੱਚ ਮੈਂ ਉਦੋਂ ਪੁਲਿਸ ਅਫਸਰ ਬਣਿਆ ਸੀ ਅਤੇ ਉਸ ਤੋਂ ਪਰ ਸਾਨੂੰ ਟੋਪੀ ਪਾਉਣੀ ਪੈਂਦੀ ਸੀ, ਪਲਟਕਾ ਬਣ ਕੇ ਉੱਪਰ ਟੋਪੀ ਪਾਉਣੀ ਪੈਂਦੀ ਸੀ। ਅੱਛਾ। ਅਤੇ 2016 ਵਿੱਚ ਅਸੀਂ ਰਲ ਕੇ ਸਾਰਿਆਂ ਨੇ, ਪੰਜ ਛੇ ਮੁੰਡਿਆਂ ਨੇ, ਅਤੇ ਅਸੀਂ ਸਿੱਖ ਅਫਸਰ ਐਸੋਸੀਏਸ਼ਨ ਬਣਾਈ ਸੀ। ਅੱਛਾ ਜੀ। ਬਿਗਿਨਿੰਗ ਆਫ 2016 ਅਤੇ ਅਸੀਂ ਉਸ ਤੋਂ ਬਾਅਦ ਪ੍ਰੋਸੈਸ ਸ਼ੁਰੂ ਕੀਤਾ ਕਿ ਆਪਣੇ ਡਿਪਾਰਟਮੈਂਟ ਨਾਲ ਗੱਲ ਕਰੀਏ। ਉਸ ਟਾਈਮ ਕਮਿਸ਼ਨਰ ਬ੍ਰੈਟਨ ਸੀਗੇ, ਪੁਲਿਸ ਕਮਿਸ਼ਨਰ, ਅਤੇ ਉਹਨਾਂ ਨੇ ਇੱਕ ਟੀਮ ਬਣਾਈ। ਟੀਮ ਬਣਾ ਕੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਪ੍ਰੈਜੈਂਟੇਸ਼ਨ ਕਰੋ ਕਿ ਕੀ ਹੈ, ਆਪਣੀ ਸਿੱਖੀ ਬਾਰੇ ਦੱਸੋ, ਆਪਣੇ ਟਰਮ ਬਾਰੇ ਦੱਸੋ ਅਤੇ ਬੀੜ ਬਾਰੇ ਦੱਸੋ। ਸੋ ਸਲੋਲੀ ਸਲੋਲੀ ਅਸੀਂ ਪ੍ਰੋਸੈਸ ਨੂੰ ਉਸਨੂੰ ਕੀਤਾ, ਪ੍ਰੈਜੈਂਟੇਸ਼ਨਸ ਕੀਤੀ, ਉਹਨਾਂ ਦੇ ਲੋਅਰਸ ਨਾਲ ਗੱਲ ਕੀਤੀ, ਇਕੁਅਲ ਇੰਪਲੋਮੈਂਟ ਓਪਰਚੁਨਿਟੀ ਨਾਲ ਗੱਲ ਕੀਤੀ ਕਿ ਚੈਲੇਂਜਸ ਕੀ ਨੇ, ਕਿਉਂਕਿ ਕਿਉਂਕਿ ਪਹਿਲੀ ਵਾਰ ਕੋਈ ਡਿਸਕਸ਼ਨ ਹੀ ਹੋ ਰਿਹਾ ਸੀ, ਕਿਉਂਕਿ ਵਿਦਿਨ ਦ ਡਿਪਾਰਟਮੈਂਟ, ਕਿਉਂਕਿ ਇੰਨੇ ਸਾਲ ਹੋ ਗਏ ਸੀਗੇ ਕੋਈ ਡਿਸਕਸ਼ਨ ਹੀ ਨਹੀਂ ਹੋਈ ਸੀਗਾ। ਸੋ ਐਟਲੀਸਟ ਸਾਨੂੰ ਇਹ ਹੋਪ ਸੀ ਕਿ ਡਿਸਕਸ਼ਨ ਹੋ ਰਿਹਾ ਹੈ। ਸੋ ਵੀ ਸਲੋਲੀ ਸਟਾਰਟ ਟਾਕਿੰਗ ਐਂਡ ਸੋ ਦੈਨ ਯੂ ਨੋ ਕਮਿਸ਼ਨਰ ਬ੍ਰੈਟਨ ਰਿਜ਼ਾਈਨਡ ਇਨ ਦ ਮਿਡਲ, ਆਈ ਮੀਨ ਹੀ ਰਿਟਾਇਰਡ ਐਕਚੁਅਲੀ ਰਾਈਟ ਇਨ ਦ ਮਿਡਲ, ਐਂਡ ਦੈਨ ਇਟ ਵਾਸ ਕਮਿਸ਼ਨਰ ਓਨੀਅਲ, ਬਟ ਬਿਫੋਰ ਕਮਿਸ਼ਨਰ ਬ੍ਰੈਟ ਲੈਫਟ ਹੀ ਐਕਚੁਅਲੀ ਯੂ ਨੋ ਡਿਡ ਰਿਲੇ ਦ ਮੈਸੇਜ ਟੂ ਕਮਿਸ਼ਨਰ ਓਨੀਅਲ ਸੇਇੰਗ ਦੈਟ you know we are working on this. And it was very you know it was nice of him to actually you know continue the conversation. So we still Commissioner Burns, who was a legal commissioner at that time, we kept in contact with him, and you know he was very good to us, he kept talking to us about it, and we continued to talk to him. So in December of 2016 we were officially approved that we will be, Sikh officers will be allowed to wear the turban, and they won't have to wear the hat on top of, you know, the end of any kind of turban. So Commissioner O'Neill declared kita si. Commissioner O'Neill declared kita si. Was graduate, Madison Square Garden which graduation hoi si, us to baad, jo ke ਬਹੁਤ ਪ੍ਰਾਊਡ ਮੂਮੈਂਟ ਸੀ ਸਾਡੇ ਲਈ ਵੀ ਅਤੇ ਪੂਰੀ ਆਪਣੀ ਕਮਿਊਨਿਟੀ ਵਾਸਤੇ। ਅਤੇ ਤੁਸੀਂ ਆਈ ਐਮ ਸੋਰੀ, ਤੁਸੀਂ ਕਿਸ ਈਅਰ ਵਿੱਚ ਜੁਆਇਨ ਕੀਤੀ ਸੀ ਪੁਲਿਸ? ਸੋ ਮੈਂ ਸ਼ੁਰੂਆਤ ਟ੍ਰਾਂਜ਼ਿਟ 'ਚੋਂ ਕੀਤੀ, ਜੋ ਕਿ ਕਿਉਂਕਿ NYPD ਤਿੰਨ ਹਿੱਸੇ 'ਚ ਡਿਵਾਈਡਡ ਹੈ। ਇੱਕ ਪੈਟਰੋਲ ਜੋ ਕਿ ਆਪਣੇ ਸਟਰੀਟਾਂ 'ਤੇ ਕੰਮ ਕਰਦੇ ਨੇ ਜੀ, ਦੂਸਰੀ ਹੈਗੀ ਆ ਟ੍ਰਾਂਜ਼ਿਟ ਜੋ ਕਿ ਟ੍ਰੇਨਾਂ 'ਚ ਕੰਮ ਕਰਦੇ ਨੇ, ਤੀਸਰੀ ਹੈਗੀ ਹਾਊਸਿੰਗ ਜੋ ਕਿ ਹਾਊਸਿੰਗ ਬਿਲਡਿੰਗਾਂ ਵਿੱਚ ਕੰਮ ਕਰਦੇ ਨੇ। ਸੋ ਮੈਂ ਸ਼ੁਰੂਆਤ ਕੀਤੀ ਟ੍ਰਾਂਜ਼ਿਟ ਵਿੱਚ। ਵਿੱਚ ਇਹ ਵਾਸ ਦਾ ਦੈਟ ਵਾਸ 2010 ਜਦ ਤੁਸੀਂ ਜੁਆਇਨ ਹੀ ਕੀਤੀ ਤੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕਿ ਇੱਕ ਸਿੱਖ ਆਫੀਸਰਸ ਐਸੋਸੀਏਸ਼ਨ ਬਣਾਈ? ਨੋ, ਦਿਸ ਵਾਸ 2010 ਮੈਂ ਜੁਆਇਨ NYPD 2010 ਵਿੱਚ ਕੀਤੀ ਜੀ। ਉਸ ਤੋਂ ਬਾਅਦ ਉਹ ਤੋਂ ਅੱਛਾ, ਐਸੋਸੀਏਸ਼ਨ ਵਾਸ ਮੇਡ ਇਨ 2016 ਓਕੇ। ਸੋ ਠੀਕ ਹੈ ਜੀ, ਵੀ ਅਸੀਂ ਪਹਿਲਾਂ ਕਨਵਰਸੇਸ਼ਨ ਟਰਾਈ ਕੀਤੇ ਸੀਗੇ NYPD ਨਾਲ ਲੇਕਿਨ ਉਹ ਸਕਸੈਸਫੁਲ ਨਹੀਂ ਹੋਏ ਸੀ, ਅਤੇ ਕਿਉਂਕਿ ਉਦੋਂ ਪੋਲਿਸੀਜ਼ ਡਿਫਰੈਂਟ ਸੀਗੀਆਂ ਅਤੇ ਯੂ ਨੋ ਆਰਗੇਨਾਈਜੇਸ਼ਨ ਡਿਫਰੈਂਸ ਸੀ, ਸਾਰਾ ਕੁਝ ਡਿਫਰੈਂਸ ਸੀ। ਸੋ 2010 ਵਿੱਚ ਜੁਆਇਨ ਕਰਕੇ 2016 ਵਿੱਚ ਅਸੀਂ ਫਾਈਨਲੀ ਅਪਰੂਵਲ ਲਈ ਸੀਗੀ। ਆਈ ਅੰਡਰਸਟੈਂਡ ਕਿ ਇੱਕ ਹੋਰ ਕੇਸ ਸੀਗਾ ਅਮਰੀਕ ਸਿੰਘ ਰਾਠੌਰ ਜਿਹੜਾ ਬੜਾ ਪ੍ਰੋਮਿਨੈਂਟ ਹੋਇਆ ਸੀਗਾ, ਐਂਡ ਅਗੇਨ ਜਨਵਰੀ 2018 ਵਿੱਚ ਕੋਈ ਸੈਟਲਮੈਂਟ ਰੀਚ ਕੀਤੀ ਗਈ, ਸਾਨੂੰ ਦੱਸੋਗੇ ਕੀ ਸੀਗੀ ਉਹ ਸੈਟਲਮੈਂਟ?
ਉਹ ਸੈਟਲਮੈਂਟ ਸੀਗੀ ਇੱਕ ਮੁਸਲਿਮ ਆਫਸਰ ਸੁਸਾਇਟੀ ਦੇ ਇੱਕ ਆਫਸਰ ਸੀ ਸਰ ਮਿਸਟਰ ਯੂ ਨੋ ਆਫਸਰ ਸੁਸਾਇਟੀ ਹੀ ਵਾਂਟਡ ਟੂ ਗਰੋ ਹਿਸ ਬੀਅਰ ਲੌਂਗਰ ਐਂਡ ਹੀ ਐਕਚੁਲੀ ਡਿਡ ਸੂ ਦ NYPD ਐਂਡ ਦੇਰ ਵਾਸ ਅ ਸੈਰੇਮਨੀ ਰੀਚ ਦੈਟ ਕਿ ਉਹ ਆਪਣੀ ਬੀਅਰ ਗਰੋ ਕਰ ਸਕਦਾ ਹੈ ਜੀ ਅਤੇ ਇਹ ਮਿਸਕਨਸੈਪਸ਼ਨ ਇਹ ਵੀ ਸੀ ਕਿ ਜਦੋਂ ਜਦੋਂ ਇਹ ਅਪਰੂਵ ਹੋਏ ਸੀ ਪੱਗ ਰਾਈਟ ਉਦੋਂ ਇਹ ਵੀ ਪਰੂਵ ਹੋਇਆ ਸੀ ਕਿ ਜਿਹੜੀ ਆਪਣੀ ਦਾੜੀ ਹੈ ਉਹ ਤੁਸੀਂ ਲੰਬੀ ਰੱਖ ਸਕਦੇ ਹਾਂ ਲੇਕਿਨ ਮਿਸਕਨਸੈਪਸ਼ਨ ਇਹ ਸੀ ਕਿ ਸਾਰੇ ਕਹਿੰਦੇ ਕਿ 1 mm ਰੱਖ ਸਕਦੇ ਹਾਂ ਜਾਂ ਹਾਫ ਇੰਚ ਰੱਖ ਸਕਦੇ ਹਾਂ ਹਾਂਜੀ ਇੱਦਾਂ ਦੀ ਗੱਲ ਅਸੀਂ ਵੀ ਸੁਣੀ ਸੀਗੀ ਹਾਂਜੀ ਲੇਕਿਨ ਇਹ ਨਹੀਂ ਹੈਗਾ ਇੱਦਾਂ ਹੁੰਦੀ ਆ ਕਿ ਜਿਹੜੇ ਕਿ ਹੁਣ ਜੇ ਤੁਸੀਂ ਪੁਲਿਸ ਆਫਿਸਰ ਹੈ ਤੁਸੀਂ ਜਦੋਂ ਹਾਇਰ ਹੋਣ ਤੋਂ ਪਹਿਲਾਂ ਜਾਂ ਤੁਹਾਡੇ ਪ੍ਰੋਸੈਸ 'ਤੇ ਤੁਸੀਂ ਇਕੁਅਲ ਇੰਪਲੋਇਮੈਂਟ ਆਪਰਚੁਨਿਟੀ ਮਿਲਦੇ ਆ ਜੀ ਅਤੇ ਉਹ ਤੁਹਾਨੂੰ ਉਹ ਕਰਦੇ ਆ ਕਿ ਤੁਹਾਡੇ ਕੇਸ ਬਾਏ ਕੇਸ ਬੇਸਿਸ ਕਿ ਅਗਰ ਤੁਸੀਂ ਲੰਬੀ ਰੱਖਣੀ ਚਾਹੁੰਦੇ ਹਾਂ ਕਿ ਛੋਟੀ ਰੱਖਣੀ ਚਾਹੁੰਦੇ ਜੀ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਾਂਗੇ ਅਸੀਂ ਗੱਲ ਕਰਦੇ ਰਹਾਂਗੇ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਦੇ ਬਾਅਦ ਦ ਵੇ ਫੋਰਵਰਡ ਇਜ਼ ਤੁਹਾਡਾ ਫਿਰ ਸਵਾਗਤ ਹੈ ਅਸੀਂ ਗੱਲ ਕਰ ਰਹੇ ਹਾਂ ਸਰਜੰਟ ਗੁਰਵਿੰਦਰ ਸਿੰਘ ਐਂਡ ਪੁਲਿਸ ਆਫਿਸਰ ਨਵਦੀਪ ਸਿੰਘ ਨਾਲ ਅਸੀਂ ਵੀ ਇਹ ਗੱਲ ਇਸ ਇੰਪ੍ਰੈਸ਼ਨ 'ਚ ਸੀਗੇ ਕਿ ਰੈਗੂਲੇਸ਼ਨ ਇਹ ਆਈ ਹੈ ਕਿ ਟਰਬਨ ਬਣਨਾ ਅਲਾਊਡ ਹੈ ਬਟ ਪਹਿਲੇ ਇਹ ਸੀਗਾ ਕਿ 1 mm ਤੋਂ ਜ਼ਿਆਦਾ ਦਾੜੀ ਨਹੀਂ ਹੋ ਸਕਦੀ ਫਿਰ ਇਹ ਸੀਗਾ ਕਿ ਅੱਧੇ ਇੰਚ ਤੋਂ ਜ਼ਿਆਦਾ ਨਹੀਂ ਹੋ ਸਕਦੀ ਐਂਡ ਵੀ ਫੈਲਟ ਕਿ ਬਈ ਇਹ ਪੂਰੀ ਹਾਲੀ ਜਿੱਤ ਹੋਈ ਨਹੀਂ ਹੈ ਦ ਬੈਟਲ ਕੰਟੀਨਿਊਜ਼ ਬਟ ਤੁਸੀਂ ਦੱਸਿਓ ਕਿ ਇੱਦਾਂ ਨਹੀਂ ਹੈ ਨਹੀਂ ਜਦੋਂ ਮੈਂ ਸਮਝਾ ਰਿਹਾ ਸੀ ਕਿ ਸੋ ਜਦੋਂ ਤੁਸੀਂ ਹਾਇਰ ਹੁੰਦੇ ਹਾਂ ਜੀ ਤੁਹਾਨੂੰ ਇਹਨੂੰ ਐਪਲੀਕੇਸ਼ਨ ਭਰਨੀ ਪੈਂਦੀ ਹੈ ਕਿ ਅਸੀਂ ਇੱਕ ਇਨਵੀਜ਼ਨ ਅਕੋਮੋਡੇਸ਼ਨ ਲੈ ਰਹੇ ਹਾਂ ਕਿ ਆਪਣੇ ਰਿਲੀਜਨ ਵਾਸਤੇ ਸੋ ਉਹ ਤੁਹਾਨੂੰ ਤੁਸੀਂ ਆਪਣਾ ਫੋਰਮ ਫਿਲ ਕਰਕੇ ਤੁਸੀਂ ਦੱਸ ਸਕਦੇ ਹਾਂ ਕਿ ਅਸੀਂ ਪੂਰੀ ਦਾੜੀ ਰੱਖਣਾ ਚਾਹੁੰਦੇ ਹਾਂ ਅਸੀਂ ਕੱਟਣੀ ਨਹੀਂ ਚਾਹੁੰਦੇ ਅਤੇ ਉਹ ਤੁਹਾਡਾ ਅਪਰੂਵ ਕਰ ਦਿੰਦੇ ਮੇਰਾ ਆਪਣਾ ਖੁਦ ਦਾ ਫਰਸਟ ਕਜ਼ਨ ਜੋ ਕਿ ਉਹ ਵੀ ਟ੍ਰਾਂਜ਼ਿਟ ਜਿਹਾ ਕੰਮ ਕਰ ਰਿਹਾ ਉਹਨੂੰ 2 ਸਾਲ ਹੋ ਗਿਆ ਫੁੱਲ ਦਾੜੀ ਬੰਨ ਕੇ ਪੂਰੀ ਦਾੜੀ ਰੱਖ ਕੇ ਅਤੇ ਦਸਤਾਰ ਜਾ ਕੇ ਉਹ ਟ੍ਰੇਨਾਂ 'ਚ ਕੰਮ ਕਰਦਾ ਕੁਈਨਸ ਵਿੱਚ ਕਰਦਾ ਅੱਛਾ ਵੈਰੀ ਨਾਈਸ ਵੈਰੀ ਨਾਈਸ ਨਵਦੀਪ ਜੀ ਸਾਡੇ ਅਸੀਂ ਇੱਕ ਇਮੀਗ੍ਰੈਂਟ ਕਮਿਊਨਿਟੀ ਹਾਂ ਔਰ ਅਸੀਂ ਫੀਲ ਕਰਦੇ ਹਾਂ ਕਿ ਪਬਲਿਕ ਸਰਵਿਸ ਵਿੱਚ ਸਾਡੇ ਕਮਿਊਨਿਟੀ ਮੈਂਬਰਸ ਜਾਣ ਅਤੇ ਉਹ ਬੜਾ ਹੈਲਪ ਕਰੇਗਾ ਕਮਿਊਨਿਟੀ ਨੂੰ ਐਟ ਅ ਲਾਰਜਰ ਸਕੇਲ ਤੁਸੀਂ ਦੱਸੋਗੇ ਤੁਸੀਂ ਕਿਉਂ ਪੁਲਿਸ ਵਿੱਚ ਜਾਣਾ ਚਾਹਿਆ ਦੇਖੋ ਜੀ ਇਹ ਸਾਡਾ ਮਿਸਕਨਸੈਪਸ਼ਨ ਆ ਪਰ ਜੋਬ ਬਹੁਤ ਵਧੀਆ ਆ ਇਹਦੇ ਬੈਨੀਫਿਟਸ ਬਹੁਤ ਵਧੀਆ ਨੇ ਜੀ ਜਿੱਦਾਂ ਹੁਣ ਆਈ ਕਮ ਫਰੋਮ ਅ ਵੈਲ ਫੈਮਲੀ ਮੇਰੀ ਵੱਡੀ ਸਿਸਟਰ ਡਾਕਟਰ ਆ ਮਾਈ ਯੰਗਰ ਬ੍ਰਦਰ ਵਾਜ਼ ਅ ਡਾਕਟਰ ਜੀ ਸੋ ਇਟਸ ਜਸਟ ਯੂ ਨੋ ਅ ਚੋਇਸ ਸੋ ਆਈ ਦਿਸ ਇਜ਼ ਮੈਂ ਚਾਹੁੰਦਾ ਸੀਗਾ ਕਿ ਮੈਂ ਕੁਛ ਪਬਲਿਕ ਸਰਵਿਸ ਕੁਛ ਕਰਾਂ ਪੁਲਿਸ ਆਫਿਸਰ ਬਣਾ ਮੇਰਾ ਸ਼ੌਂਕ ਸੀਗਾ ਸ਼ੁਰੂ ਤੋਂ ਸੋ ਮੈਂ ਬਣਿਆ ਐਂਡ ਮੈਨੂੰ ਅਜੇ ਤੱਕ ਕੋਈ ਪ੍ਰੋਬਲਮ ਨਹੀਂ ਇੱਥੇ ਐਜ਼ ਅ ਕਮਿਊਨਿਟੀ ਸਗੋਂ ਹੈਲਪ ਹੁੰਦੀ ਆ ਸਾਡੀਆਂ ਜਿੰਨੀਆਂ ਵੀ ਜੋਬਾਂ ਨੇ ਜਿਹੜੀਆਂ ਯੂ ਨੋ ਗਵਰਨਮੈਂਟ ਦੀ ਜੋਬਾਂ ਨੇ ਕੋਈ ਫੈਡਰਲ ਜੋਬ ਹੋ ਗਈ ਜਾਂ ਪੁਲਿਸ ਆਫਿਸਰ ਦੀ ਜੋਬ ਆ ਸਾਨੂੰ ਲੱਗਦਾ ਕਿ ਇਹਦੇ ਬੈਨੀਫਿਟ ਘੱਟ ਨੇ ਜਾਂ ਸਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਮਿਲੀ ਨਹੀਂ ਜਿੱਦਾਂ ਅਸੀਂ ਅਜੇ ਵੀ ਜਿੱਦਾਂ ਤੁਸੀਂ ਸਾਗਰ ਮਿੰਦਰ ਨੇ ਕਿ ਜਿਹੜੀ ਦਾੜੀ ਦੀ ਜਾਣਕਾਰੀ ਆ ਉਹ ਵੀ ਪੂਰੀ ਤਰ੍ਹਾਂ ਆਪਣੀ ਕਮਿਊਨਿਟੀ ਤੱਕ ਮਿਲੀ ਨਹੀਂ ਪਰ ਅਸੀਂ ਪੂਰੀ ਤਰ੍ਹਾਂ ਇਹਨੂੰ ਅਪਰੂਵ ਕਰਾ ਚੁੱਕੇ ਹਾਂ ਕਿ ਤੁਸੀਂ ਪੂਰੀ ਦਾੜੀ ਰੱਖ ਸਕਦੇ ਹਾਂ ਇਸੇ ਤਰ੍ਹਾਂ ਜਿਹੜੀ ਇਹਦੇ ਜੋਬ ਦੇ ਬੈਨੀਫਿਟਸ ਨੇ ਜਿੱਦਾਂ ਤੁਹਾਡੀ ਡੈਂਟਲ ਬੈਨੀਫਿਟ ਜਾਂ ਮੈਡੀਕੇਅਰ ਜਾਂ ਤੁਹਾਡੀ ਜਿਹੜੀ ਪੈਨਸ਼ਨ ਲੱਗਦੀ ਆ ਉਹ ਅਜੇ ਪੂਰੀ ਤਰ੍ਹਾਂ ਜਾਣਕਾਰੀ ਹੋਈ ਨਹੀਂ ਗੀ ਆਪਣੀ ਕਮਿਊਨਿਟੀ ਨੂੰ ਐਂਡ ਇਟਸ ਅ ਰੀਅਲੀ ਗੁੱਡ ਜੋਬ ਇਟਸ ਵੈਰੀ ਇਟਸ ਅ ਗੁੱਡ ਪ੍ਰੋਫੈਸ਼ਨ ਐਂਡ ਜਿੱਦਾਂ ਕਿ ਆਪਣੀ ਹੁਣ ਜਿੱਦਾਂ ਆਪਾਂ ਇੱਥੇ ਅਸੀਂ ਇਸ ਲਈ ਆਪਾਂ ਇੱਥੇ ਆਏ ਹਾਂ ਆਪਣੀ ਕਮਿਊਨਿਟੀ ਨੂੰ ਜਾਣੂ ਕਰਾਉਣ ਲਈ ਕਿ ਆਪਾਂ ਇਹ ਜਿਹੜੀ ਜੋਬ ਆ ਇਹਦੇ ਬੈਨੀਫਿਟਸ ਬਹੁਤ ਵਧੀਆ ਨੇ ਜੀ ਐਂਡ ਜੋ ਤੁਹਾਡਾ ਜੀ ਕਰਦਾ ਹੈ ਦਿਸ ਇਜ਼ ਦਾ ਲੈਂਡ ਆਫ ਆਪਰਚੁਨਿਟੀ ਜੋ ਤੁਹਾਡਾ ਜੀ ਕਰਦਾ ਇਸ ਕੰਟਰੀ 'ਚ ਤੁਸੀਂ ਕਰ ਸਕਦੇ ਹਾਂ ਜੀ ਸੋ ਇਸੇ ਲਈ ਇਸ ਗੁੱਡ ਜੋਬ ਇਹ ਬਿਲਕੁਲ ਅਸੀਂ ਜਾਣਦੇ ਹਾਂ ਕਿ ਕੁਛ ਇਮੀਗ੍ਰੈਂਟ ਕਮਿਊਨਿਟੀਜ਼ ਜਿਵੇਂ ਆਇਰਿਸ਼ ਕਮਿਊਨਿਟੀਜ਼ ਸੀਗੀਆਂ ਜਦ ਉਹ ਇਸ ਕੰਟਰੀ ਵਿੱਚ ਨਵੇਂ ਨਵੇਂ ਆਏ ਅਤੇ ਉਹਨਾਂ ਨੇ ਦੇਅਰ ਪੈਥ ਟੂ ਮਿਡਲ ਕਲਾਸ ਵਾਸ ਥਰੂ ਪੁਲਿਸ ਸਰਵਿਸਿਸ ਫਾਇਰ ਫਾਈਟਰ ਸਰਵਿਸਿਸ ਉਹ ਸਭ ਉਹਨਾਂ ਨੇ ਕੀਤੀਆਂ ਔਰ ਸਾਡੇ ਤੁਹਾਨੂੰ ਬੁਲਾਉਣ ਦਾ ਇੱਕ ਮਕਸਦ ਇਹ ਹੈ ਕਿ ਤੁਸੀਂ ਸਾਡੇ ਨੌਜਵਾਨ ਪੀੜ੍ਹੀ ਨੂੰ ਦੱਸੋ ਕਿ ਇਸ ਇਹ ਇੱਕ ਕਿੰਨੀ ਅਟਰੈਕਟਿਵ ਫੀਲਡ ਹੈਗੀ ਹੈ ਔਰ ਇਸ ਦੇ ਵਿੱਚ ਜਾਣਾ ਸ਼ਾਇਦ ਇੰਨਾ ਔਖਾ ਨਹੀਂ ਜਿੰਨਾ ਉਹ ਫੀਲ ਕਰਦੇ ਹੋਣ ਕਿਉਂਕਿ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਹੈ ਉਹਨਾਂ ਨੂੰ ਇਸ ਚੀਜ਼ ਦਾ ਨੌਲੇਜ ਨਹੀਂ ਹੈ ਗੁਰਵਿੰਦਰ ਜੀ ਸਾਨੂੰ ਤੁਸੀਂ ਪੁਲਿਸ ਇੱਥੇ ਪੁਲਿਸ ਦੇ ਸਟਰਕਚਰ ਦੇ ਬਾਰੇ ਵਿੱਚ ਕੁਛ ਦੱਸੋ ਸਾਨੂੰ ਤਾਂ ਉਹ ਇੰਡੀਆ ਵਾਲਾ ਹਵਲਦਾਰ ਔਰ ਸਬ ਇੰਸਪੈਕਟਰ ਹੀ ਪਤਾ ਹੈ ਕੀ ਰੈਂਕਸ ਹੁੰਦੇ ਨੇ ਸੋ ਅਗਰ ਇੱਥੇ ਦੋ ਤਰ੍ਹਾਂ ਦੀਆਂ ਜੋਬਾਂ ਨੇ NYPD ਇੱਕ ਸਿਵਿਲੀਅਨ ਰੈਂਕ ਹੋ ਜਾਂਦਾ ਇੱਕ ਯੂਨੀਫਾਰਮ ਰੈਂਕ ਹੋ ਜਾਂਦਾ ਜੋ ਕਿ ਜੋ ਅਸੀਂ ਹਾਂ ਉਹ ਯੂਨੀਫਾਰਮ ਰੈਂਕ ਨੇ ਸੋ ਉਹ ਜਿਹੜਾ ਯੂਨੀਫਾਰਮ ਰੈਂਕ ਹੈ ਉਹ ਸਟਾਰਟ ਹੁੰਦਾ ਹੈ ਪੁਲਿਸ ਆਫਿਸਰ ਤੋਂ ਓਕੇ ਅਤੇ ਤੁਸੀਂ ਪੁਲਿਸ ਆਫਿਸਰ ਕਰਦਾ ਪੁਲਿਸ ਆਫਿਸਰ ਬਣ ਕੇ ਤੁਸੀਂ
ਪਹਿਲੇ ਜੇ 3 ਸਾਲ ਬਾਅਦ ਜੇ NYPD ਦੇ ਕੋਈ ਪ੍ਰਮੋਸ਼ਨਲ ਇਗਜ਼ਾਮ ਆਉਂਦਾ ਤੁਸੀਂ ਇਗਜ਼ਾਮ ਦੇ ਕੇ ਤੁਸੀਂ 5 ਸਾਲ ਬਾਅਦ ਸਰਜਨ ਬਣ ਸਕਦੇ ਹੋ ਜੋ ਕਿ ਮੈਂ ਇਸ ਟਾਈਮ ਮੈਂ ਹਾਂ ਅਤੇ ਉਸ ਨਵਦੀਪ ਸਿੰਘ ਜੀ ਨੇ ਦੱਸਿਆ ਕਿ ਪਹਿਲਾਂ ਸਭ ਤੋਂ ਪਹਿਲੇ ਇੱਕ ਇਗਜ਼ਾਮ ਹੈਗਾ ਹਾਂਜੀ ਇਹ ਤੁਸੀਂ ਕਾਲਜ ਦੇ ਬਾਅਦ ਦਿੰਦੇ ਹੋ ਕਿ ਹਾਈ ਸਕੂਲ ਦੇ ਬਾਅਦ ਦੇ ਸਕਦੇ ਹੋ ਤੁਸੀਂ 18 ਈਅਰਸ ਦੀ ਏਜ ਤੁਸੀਂ ਦੇ ਸਕਦੇ ਹੋ ਓਕੇ ਔਰ ਐਜੂਕੇਸ਼ਨਲ ਰਿਕੁਆਇਰਮੈਂਟ ਐਜੂਕੇਸ਼ਨਲ ਰਿਕੁਆਇਰਮੈਂਟ ਤੁਹਾਨੂੰ ਓਬਵੀਅਸਲੀ ਤੁਹਾਨੂੰ 2 ਈਅਰ ਕਾਲਜ ਕਰਨਾ ਪੈਣਾ ਆ ਅੱਛਾ ਗੈਟ ਹਾਇਰਡ ਬਟ ਟੂ ਗਿਵ ਦਾ ਇਗਜ਼ਾਮ ਯੂ ਡੋਂਟ ਹੈਵ ਯੂ ਕੁਡ ਬੀ 18 ਈਅਰਸ ਓਲਡ ਠੀਕ ਹੈ ਜੀ ਪਰ ਉਸ ਤੋਂ ਬਾਅਦ ਤੁਸੀਂ ਜਾਂ 60 ਕ੍ਰੈਡਿਟ ਪੂਰੇ ਕਰੋ ਜਾਂ 2 ਸਾਲ ਦਾ ਕਾਲਜ ਪੂਰਾ ਕਰ ਲਓ ਵਿਚ ਕਮਸ ਆਲਮੋਸਟ ਟੂ 60 ਕ੍ਰੈਡਿਟਸ ਰਾਈਟ ਸੋ ਤੁਸੀਂ ਇਗਜ਼ਾਮ ਦੇ ਲਈ ਤੁਹਾਨੂੰ ਕੁਛ ਨਹੀਂ ਦੇਣਾ ਪੈਣਾ ਕੋਈ ਇਗਜ਼ਾਮ ਕੋਈ ਯੂ ਹੈਵ ਟੂ ਬੀ ਇਨ ਕਾਲਜ ਯੂ ਹੈਵ ਟੂ ਹੈਵ 60 ਕ੍ਰੈਡਿਟਸ ਤੁਸੀਂ ਅੱਜ ਤੁਸੀਂ ਇਗਜ਼ਾਮ ਦੇ ਸਕਦੇ ਆ ਕੋਈ ਜਾਣਾ ਕਿਸ ਕਿਸਮ ਦਾ ਇਗਜ਼ਾਮ ਹੈਗਾ ਇਹ ਜੀ ਐਂਟਰੀ ਲੈਵਲ ਇਗਜ਼ਾਮ ਆ ਜੀ ਇਹਦੇ 100 ਕੁਐਸਚਨ ਹੁੰਦੇ ਨੇ ਵਿਚ ਆ ਜਨਰਲ ਨੌਲੇਜ ਕੁਐਸਚਨਸ ਤੋ ਉਹਦਾ ਇਗਜ਼ਾਮ ਹੁੰਦਾ ਆ ਐਂਡ ਆਲਸੋ ਜੇ ਕਿਸੇ ਨੇ ਚਾਹੁੰਦਾ ਆ ਕੋਈ NYPD ਦੀ ਆਫ ਜਾ ਕੇ ਜਾਂ ਸਾਨੂੰ ਕੰਟੈਕਟ ਕਰਕੇ ਉਹਨਾਂ ਦਾ ਇੱਕ ਐਗਜ਼ਾਮਪਲ ਇਗਜ਼ਾਮ ਆ ਤੁਸੀਂ ਘਰੇ ਬਹਿ ਕੇ ਕਰ ਸਕਦੇ ਆ ਠੀਕ ਹੈ ਮੈਂ ਵੀ ਕੀਤਾ ਸ਼ੁਰੂ 'ਚ ਠੀਕ ਹੈ ਦੇਖਣ ਨੂੰ ਵੀ ਕਿੱਦਾਂ ਦਾ ਇਗਜ਼ਾਮ ਮਿਲਦਾ ਆ ਉਹ ਇਸ ਪ੍ਰੈਕਟਿਸ ਇਗਜ਼ਾਮ ਤੁਸੀਂ ਘਰੇ ਬਹਿ ਕੇ ਕਰ ਸਕਦੇ ਆ ਸੋ ਯੂ ਗੈਟ ਦਾ ਜਨਰਲ ਨੌਲੇਜ ਕਿ ਕਿੱਦਾਂ ਦੇ ਕੁਐਸਚਨ ਹੋਣੇ ਨੇ ਉਸ ਤੋਂ ਬਾਅਦ ਤੁਸੀਂ ਜਿਹੜਾ ਤੁਸੀਂ ਅਪਲਾਈ ਕਰ ਸਕਦੇ ਹੋ ਐਗਜ਼ਾਮ ਲਈ ਅਗਰ ਸਾਡੇ ਬੱਚੇ ਉਹ ਐਗਜ਼ਾਮ ਦਾ ਸੈਂਪਲ ਵੇਖਣਾ ਚਾਹਣ ਕੋਈ ਵੈਬਸਾਈਟ ਵਗੈਰਾ ਹਾਂਜੀ ਹੈਗੀ ਹਾਂਜੀ NYPD ਰਿਕਰੂਟ ਤੇ ਉਹ ਸੈਂਪਲ ਹੈਗਾ ਐਗਜ਼ਾਮ ਅੱਛਾ NYPD ਰਿਕਰੂਟ ਤੇ ਅਗਰ ਉਹ ਜਾਣ ਤੇ ਉਹ ਜਿਹੜੇ 100 ਕੁਐਸਚਨਸ ਦਾ ਐਗਜ਼ਾਮ ਹੈ ਉਸ ਦਾ ਸੈਂਪਲ ਦੇਖ ਸਕਦੇ ਹਾਂ ਅੱਛਾ ਹਾਂਜੀ ਫਿਰ ਉਸ ਤੋਂ ਬਾਅਦ ਤੁਸੀਂ ਐਗਜ਼ਾਮ ਦੱਸਿਆ ਪਹਿਲਾਂ ਐਗਜ਼ਾਮ ਇੱਕ ਕੁਆਲੀਫਾਈ ਐਗਜ਼ਾਮ ਹੈ ਐਸਾ ਨਹੀਂ ਹੈ ਕਿ ਕੋਈ ਮੈਰਿਟ ਲਿਸਟ ਬਣਨੀ ਹੈ ਨਹੀਂ ਜੀ ਉਹ ਤੋਂ ਬਾਅਦ ਲਿਸਟ ਬਣਨੀ ਹੈ ਜਦੋਂ ਤੁਸੀਂ ਪਾਸ ਕਰ ਜਾਂਦੇ ਆ ਠੀਕ ਹੈ ਜੀ ਪਰ ਜਿੱਦਾਂ ਤਾਂ ਉਹ ਤੋਂ ਬਾਅਦ ਪਰ ਤੁਸੀਂ ਗੱਲ ਕਰ ਰਹੇ ਸੀ ਕਿ ਇਹਦਾ ਕੀ ਪ੍ਰੋਸੀਜਰ ਕੀ ਆ ਤਾਂ ਯੂ ਡੋਂਟ ਹੈਵ ਟੂ ਬੀ ਇਨ ਕਾਲਜ ਪਰ ਇਹਦਾ ਪ੍ਰੋਸੀਜਰ ਆ ਯੂਨੀਫਾਰਮ ਜਿੱਦਾਂ ਆਪਾਂ ਆ ਉਹਦੇ ਲਈ ਤੁਹਾਨੂੰ 60 ਕ੍ਰੈਡਿਟਸ ਐਂਡ ਯੂ ਹੈਵ ਟੂ ਬੀ ਅ ਸਿਟੀਜ਼ਨ ਯੂਨਾਈਟਿਡ ਸਟੇਟਸ ਸਿਟੀਜ਼ਨ ਅੱਛਾ ਜੀ ਠੀਕ ਹੈ ਹਾਂਜੀ ਯੂਨੀਫਾਰਮ ਰੈਂਕਸ ਲਈ ਤੁਹਾਨੂੰ ਸਿਟੀਜ਼ਨਸ਼ਿਪ ਦੀ ਜ਼ਰੂਰਤ ਹੈ ਲੇਕਿਨ ਜੋ ਸਿਵਿਲੀਅਨ ਰੈਂਕ ਮੈਂ ਪਹਿਲਾਂ ਦੱਸਿਆ ਨਾ ਉਹਦੇ ਵਿੱਚ ਵੀ ਬਹੁਤ ਜੌਬਾਂ ਨੇ ਹਨਾ ਉੱਥੇ ਉਹ ਤੁਹਾਨੂੰ ਸਮ ਆਫ ਦੈਮ ਜਿਵੇਂ ਕਿ ਟ੍ਰੈਫਿਕ ਏਜੰਟ ਹੋ ਗਿਆ ਜਾਂ ਯੂ ਨੋ ਉਹਦੇ ਲਈ ਤੁਹਾਨੂੰ ਸਿਰਫ ਗ੍ਰੀਨ ਕਾਰਡ ਦੀ ਜ਼ਰੂਰਤ ਹੈ ਅੱਛਾ ਜੀ ਲੇਕਿਨ ਅਗਰ ਤੁਸੀਂ ਯੂਨੀਫਾਰਮ 'ਚ ਆਉਣਾ ਚਾਹੁੰਦੇ ਹੋ ਤੁਹਾਨੂੰ ਸੋ ਲੇਕਿਨ ਮਿਸਕਨਸੈਪਸ਼ਨ ਇਹ ਵੀ ਹੈ ਕਿ ਹੁਣ ਕਿ ਸਾਨੂੰ ਕਾਲਜ ਦੇ ਕ੍ਰੈਡਿਟ ਚਾਹੀਦੇ ਨੇ ਟੈਸਟ ਵੇਲ ਲੇਕਿਨ ਆਈ ਬਲੀਵ ਇਹਨਾਂ ਨੇ ਏਜ ਹੁਣ 17 ਕਰਤੀ ਆ ਟੈਸਟ ਦੇਣ ਦੀ ਵੈਰੀ ਨਾਈਸ ਸੋ ਟੈਸਟ ਤੁਸੀਂ 17 ਤੇ ਦੇ ਕੇ 21 ਤੱਕ ਤੁਸੀਂ ਵੇਟ ਕਰ ਲਓ ਕਿਉਂਕਿ ਹੁਣ ਅਗਰ ਤੁਸੀਂ ਕਾਲਜ ਸ਼ੁਰੂ ਕੀਤਾ ਹੈ ਨਾ 18 ਤੇ 3 ਸਾਲ 'ਚ ਤੁਸੀਂ ਆਪਣੇ ਤੁਹਾਡੇ ਸਰਟੀਫਿਕੇਟ ਹੋਣੇ ਚਾਹੀਦੇ ਨੇ ਰਾਈਟ ਸੋ ਤੁਸੀਂ 21 ਸਾਲਾਂ ਦੇ ਵਿੱਚ NYPD ਜੁਆਇਨ ਕਰ ਸਕਦੇ ਹਾਂ ਅਤੇ ਇਹ ਸਾਰੇ ਅਸੀਂ ਹਮੇਸ਼ਾ ਕਹਿੰਦੇ ਹਾਂ ਜਿਹੜੇ ਵੀ ਸਾਨੂੰ ਯੰਗਸਟਰ ਮਿਲਦੇ ਨੇ ਭਾਵੇਂ ਤੁਸੀਂ ਇਹ ਪ੍ਰੋਫੈਸ਼ਨਲ ਨਹੀਂ ਜਾਣਾ ਚਾਹੁੰਦੇ ਰਾਈਟ ਟੈਸਟ ਦੇ ਦਿਓ ਕਿਉਂਕਿ ਯੂ ਨੈਵਰ ਨੋ ਹੈ ਨਾ ਕਿ ਡਿਪੈਂਡਿੰਗ ਔਨ ਇਕਾਨਮੀ ਡਿਪੈਂਡਿੰਗ ਔਨ ਆਲ ਥਿੰਗਸ ਐਨੀਥਿੰਗ ਵਿਲ ਚੇਂਜ ਕਿ ਇਹ ਆ ਕਿ ਤੁਹਾਡਾ ਇਹ ਬੈਕਅਪ ਪਲਾਨ ਵੀ ਰੱਖ ਲਓ ਹੈ ਨਾ ਔਰ ਉਹ ਟੈਸਟ ਦੇ ਕੇ ਤੁਸੀਂ ਦੱਸਿਆ ਕਿ ਅਗਰ ਉਹ ਕਾਲਜ ਜਾਂਦੇ ਹੋ ਤੁਸੀਂ ਤਾਂ ਜਿਹੜੀ ਫੋਰਸ ਹੈ ਪੁਲਿਸ ਫੋਰਸ ਉਹ ਤੁਹਾਡੀ ਟਿਊਸ਼ਨ ਵੀ ਪੇ ਕਰਦੀ ਹੈ ਤੁਹਾਡੀ ਅਗਰ ਤੁਸੀਂ ਐਕਸਕਿਊਜ਼ ਮੀ ਅਗਰ ਤੁਸੀਂ ਕੈਡੇਟ ਪ੍ਰੋਗਰਾਮ 'ਚ ਹੈ ਨਾ ਸੋ ਅੱਛਾ ਜਦੋਂ ਉਹ ਟੈਸਟ ਸੈਪਰੇਟ ਹੈ ਇਹ ਪ੍ਰੋਗਰਾਮ ਲਈ ਐਗਜ਼ਾਮ ਦੀ ਲੋੜ ਅਗਰ ਕਿਸੇ ਨੇ ਮੋਰ ਇਨਫੋਰਮੇਸ਼ਨ ਚਾਹੀਦੀ ਆ ਪਲੀਸ ਕੈਡੇਟ ਕੋਰ ਇਹ ਅਫੀਸ਼ੀਅਲ ਨਾਮ ਹੈ ਇਸ ਪ੍ਰੋਗਰਾਮ ਦਾ ਪਲੀਸ ਕੈਡੇਟ ਕੋਰ ਤੁਸੀਂ ਇਹਨਾਂ ਦੀ ਜੁਆਇਨ ਇਹਨਾਂ ਦੀ ਤੁਸੀਂ ਵੈਬਸਾਈਟ 'ਤੇ ਜਾ ਸਕਦੇ ਆ ਅਤੇ ਆਲਮੋਸਟ ਐਵਰੀ 2 ਵੀਕਸ ਇਹਨਾਂ ਦੀ ਓਰੀਐਂਟੇਸ਼ਨ ਹੁੰਦੀ ਹੈ ਤੁਹਾਨੂੰ ਸਮਝਾਉਂਦੇ ਆ ਪ੍ਰੋਗਰਾਮ ਦੀ ਪਲੀਸ ਅਕੈਡਮੀ ਵਿੱਚ ਜੋ ਕਿ 20 ਸਟੀਟ ਅਤੇ ਕਾਲਜ ਪੁਆਇੰਟ 'ਤੇ ਆ ਕਾਲਜ ਅਤੇ ਉੱਥੇ ਹੁੰਦੀ ਹੈ ਅਤੇ ਉੱਥੇ ਮਿਲੋ ਜੋ ਕਿ ਆਪਣੇ ਸਿੱਖ ਸਰਦਾਰ ਜੋ ਉਸ ਆਫਿਸ 'ਚ ਵੀ ਕੰਮ ਕਰਦੇ ਉਹਨਾਂ ਨੂੰ ਵੀ ਮਿਲੋ ਅਤੇ ਆਪਣੇ ਆਪਣੇ ਲੇਡੀ ਕੁੜੀਆਂ ਵੀ ਆ ਜੋ ਉਸ ਇਸ ਪ੍ਰੋਗਰਾਮ ਵਿੱਚ ਨੇ ਸੋ ਇਟਸ ਵੈਰੀ ਗੁੱਡ ਅਤੇ ਪਰ ਇਹਦਾ ਹੁਣ ਜੇ ਤੁਸੀਂ ਰੈਗੂਲਰ ਇਗਜ਼ਾਮ ਦਿੱਤਾ 70 ਤੇ ਇਗਜ਼ਾਮ ਦਿੱਤਾ ਹੈ ਨਾ ਅਤੇ ਤੁਸੀਂ ਹੁਣ 18, 19, 20, 21 ਤੁਸੀਂ ਆਪਣੇ ਕਾਲਜ ਫਿਨਿਸ਼ ਕਰੋ ਅਤੇ ਉਸੇ ਟਾਈਮ ਤੁਹਾਡਾ ਪ੍ਰੋਸੈਸ ਵੀ ਸਟਾਰਟ ਹੋ ਰਿਹਾ ਉਹ ਤੁਹਾਨੂੰ ਉਹਨਾਂ ਨੇ ਤੁਹਾਨੂੰ ਘਰ 'ਚ ਮੇਲ ਭੇਜ ਦੇਣੀ ਹੈ ਕਿ ਆਹ ਸਾਨੂੰ ਚਾਹੀਦਾ ਆ ਤੁਸੀਂ ਹੁਣ ਆਪਣਾ ਮੈਡੀਕਲ ਕੰਪਲੀਟ ਕਰ ਲਓ ਹੁਣ ਤੁਸੀਂ ਆਪਣਾ ਫਿਜ਼ੀਕਲ ਕੰਪਲੀਟ ਕਰ ਲਓ ਹੁਣ ਤੁਸੀਂ ਆਪਣਾ ਸਾਈਕੋਲੋਜੀਕਲ ਕੰਪਲੀਟ ਕਰ ਲਓ ਅਤੇ ਹੁਣ ਆਪਣਾ ਡਰੱਗ ਟੈਸਟ ਕੰਪਲੀਟ ਕਰ ਲਓ ਸੋ ਜਦੋਂ ਤੁਹਾਡੀ ਐਟਲੀਸਟ ਵਨ ਯੂਅਰ 21 ਨਾਓ ਯੂਅਰ ਰੈਡੀ ਟੂ ਗੈਟ ਹਾਇਰਡ ਐਂਡ ਇਜ਼ ਦੇਅਰ ਐਨ ਆਬਲੀਗੇਸ਼ਨ ਦੈਟ ਯੂ ਹੈਵ ਟੂ ਜੁਆਇਨ ਨੋ You can anytime you can say no. Okay. So that's the benefit. Like that's why I always tell my friends, my family, take the tests. There's no harm in taking the test. There's no reason not to. Right. I'll give you a quick example. Jidda mera siga so jada tu test lende ne oh 4 saal tada expire nahi hona. Right. I'm right. 4 years. Right. So 4 saal expire nahi hona. Jidda mera siga main apne nu apne test mein 1 saal hold te kar liya siga. ਬਿਕੋਜ਼ ਮੈਂ ਸਿਰਫ ਕਾਲਜ ਆਉਣ ਡਿਆ ਸੀਗਾ ਆਈ ਵਾਂਟ ਟੂ ਕੰਪਲੀਟ ਮਾਈ ਬੈਚਲਰਸ ਮਾਈ 4 ਈਅਰਸ ਸੋ ਉਧਰੋਂ ਮੈਨੂੰ NYPD ਚਿੱਠੀ ਆ ਗਈ ਸੀ ਕਿ ਯੂ ਆਰ ਰੈਡੀ ਟੂ ਬੀ ਹਾਇਰਡ
ਸੋ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਨਹੀਂ ਮੈਂ ਆਪਣਾ ਕਾਲਜ ਕਮਿਟ ਕਰ ਰਿਹਾ ਹਾਂ, ਯੂ ਓਨਲੀ ਨੀ ਸਿਕਸ ਰਿਕੁਆਇਰਡ ਬਟ ਆਈ ਵਾਂਟਡ ਅ 4-year ਡਿਗਰੀ. ਸੋ ਮੈਂ ਕਿਹਾ ਕਿ ਮੇਰਾ ਇੱਕ ਸਾਲ ਹੋਰ ਰਹਿੰਦਾ ਆ ਅਤੇ ਮੇਰਾ ਅਜੇ ਟੈਸਟ ਐਕਸਪ੍ਰੈਸ਼ਨ ਹੈਗੀ ਸੀਗੀ ਅਜੇ. ਸੋ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਇੱਕ ਸਾਲ ਹੋਰ ਅਜੇ ਰਹਿਣਾ ਚਾਹੁੰਦਾ ਹਾਂ, ਕਾਲਜ ਕੰਪਲੀਟ ਕਰਨ ਡਿਆ ਹਾਂ. ਦੇ ਸੈਡ ਨੋ ਪ੍ਰੋਬਲਮ, ਯੂ ਹੈਵ ਟਾਈਮ, ਇੱਕ ਸਾਲ ਬਾਅਦ ਸਾਨੂੰ ਕੰਟੈਕਟ ਕਰੀ ਤਾਂ ਉਦੋਂ ਬਾਅਦ ਤੇਰਾ ਫਿਰ ਆਪਣਾ ਜਿੱਥੇ ਤੇਰਾ ਪ੍ਰੋਸੈਸ ਖਤਮ ਹੋਇਆ ਆ ਉੱਥੋਂ ਫਿਰ ਸ਼ੁਰੂ ਕਰ ਦਾਂਗੇ. ਸੋ ਯੂ ਹੈਵ ਦ ਯੂ ਨੋ 4 years, ਯੂ ਹੈਵ ਦ ਓਪਰਚੁਨਿਟੀ ਟੂ ਥਿੰਕ ਅਬਾਊਟ ਇਟ, ਗੋ ਵਿਦ ਦ ਪ੍ਰੋਸੈਸ. ਯੂ ਵਾਂਟ ਟੂ ਡੂ ਇਟ, ਫਾਈਨ. ਯੂ ਡੋਨਟ ਵਾਂਟ ਟੂ ਡੂ ਇਟ, ਯੂ ਕੈਨ ਆਲਵੇਸ ਟੈਲ ਦਮ ਲਿਸਨ, ਆਈ ਡੋਨਟ ਵਾਂਟ ਟੂ ਡੂ ਇਟ. ਆਈ ਵਾਸ ਹਾਇਰਡ ਫੋਰ ਅ ਨਿਊ ਜਰਸੀ ਸਟੇਟ ਟਰੂਪਰ. Okay. And I did all the process, did everything, but I told them I don't want to come. Mm-hmm. You know, it's a different state, you know, circumstances. There's no problem. So you have that, you know, advantage or, you know, whatever you want to do. If you have something else going in your life, mm-hmm. you have that. It's a very important thing that they have told. And I think it's a no-brainer. You join college, you give an exam, and after that, you do your regular things. Your options are open. Open. Yeah. College khatam karde baad, to see if you want. You join the service. If you right. don't, you can go anywhere, right? Yeah. Is exam de baad, oh jede 4 saalan, us de vich hor koi qualify other than your 60 credits, koi hor tests ya kuch aisi cheez hegi hai, or just by finishing the credits, you're automatically taken into service? Nahi, tusi kise bhi course, tusi koi bhi tusi pick kar sakde ho, political science, arts, any major, any subject. Take you it. Know, there's no requirement that you have to do criminal justice or something like that. A lot of people do criminal justice from John Jay. It mm-hmm. helps. It's mm-hmm. part of the, you know, your job, kind of, you know, helps you prepare. Take it. But you can do bachelor's of science, anything you want as a major. Take but it. The requirements are 60 credits and has to be a citizen by to the day to be hired. Asi gal jari rakhange ek chote ji break ke baad. The way forward ਵਿੱਚ ਤੁਹਾਡਾ ਫਿਰ ਸਵਾਗਤ ਹੈ. ਗੁਰਵਿੰਦਰ ਸਿੰਘ ਜੀ, ਅਸੀਂ ਪਹਿਲੇ ਗੱਲ ਸ਼ੁਰੂ ਕੀਤੀ ਸੀ, ਤੁਸੀਂ ਸਾਨੂੰ ਦੱਸੋ ਕੀ ਰੈਂਕਸ ਹੁੰਦੇ ਨੇ ਇੱਥੇ ਪੁਲਿਸ ਦੇ. ਸੋ ਪਹਿਲਾਂ ਤੁਸੀਂ ਸਟਾਰਟ ਆਫ ਕਰਦੇ ਹਾਂ ਪੁਲਿਸ ਆਫਿਸਰ ਤੋਂ, ਉਸ ਤੋਂ ਬਾਅਦ ਤੁਸੀਂ ਇਗਜ਼ਾਮ ਦੇ ਕੇ, ਅਗਰ ਤੁਹਾਡੇ ਰਾਈਟ ਟਾਈਮ 'ਤੇ ਇਗਜ਼ਾਮ ਆ ਗਿਆ, ਤੁਸੀਂ 5 ਸਾਲ ਬਾਅਦ ਸਰਜਨ ਬਣ ਸਕਦੇ ਹਾਂ ਜੀ. ਅਤੇ ਉਸ ਤੋਂ ਬਾਅਦ ਇੱਕ ਵਾਰ ਹੋਰ ਇਗਜ਼ਾਮ ਆਉਂਦਾ, ਉਸ ਤੋਂ ਬਾਅਦ ਤੁਸੀਂ ਲੁਟੈਨੈਂਟ ਬਣ ਸਕਦੇ ਹਾਂ, ਉਹ ਵਾਈਟ ਸ਼ਰਟਸ ਪਹਿਨਦੇ ਪਾਉਂਦੇ ਨੇ. ਅੱਛਾ ਜੀ. ਉਸ ਤੋਂ ਬਾਅਦ ਆਪਣੇ ਕੈਪਟਨ ਬਣ ਸਕਦੇ ਹਾਂ, ਉਹ ਵੀ ਇੱਕ ਟੈਸਟ ਹੈ. ਲੇਕਿਨ ਉਸ ਤੋਂ ਬਾਅਦ ਜਿੰਨੇ ਵੀ ਰੈਂਕ ਆਉਂਦੇ ਨੇ ਉਹ ਡਿਸਕ੍ਰੈਸ਼ਨਰੀ ਪ੍ਰਮੋਸ਼ਨਸ ਹੋਣੀਆਂ ਨਾ, ਉਹਦਾ ਮਤਲਬ ਕਿ ਤੁਹਾਡੀ ਪਰਫੋਰਮੈਂਸ 'ਤੇ ਡਿਪੈਂਡ ਕਰਕੇ, ਕਿਉਂਕਿ ਉਸ ਟਾਈਮ ਤੁਸੀਂ ਜਿੱਦਾਂ ਕਹਿੰਦੇ ਥਾਣਾ ਇੰਚਾਰਜ ਹੋ ਜਾਂਦੇ ਆ ਜੀ ਜੀ, ਅਤੇ ਉਹ ਕੈਪਟਨ ਦੀ ਰੈਂਕ 'ਤੇ, ਅਤੇ ਉਸ ਤੋਂ ਬਾਅਦ ਤੁਹਾਡੀ ਡਿਸਕ੍ਰੈਸ਼ਨਰੀ ਪਰਮਿਸ਼ਨ ਹੁੰਦੀ ਆ, ਉਸ ਤੋਂ ਬਾਅਦ ਡੈਪਟੀ ਇੰਸਪੈਕਟਰ, ਇੰਸਪੈਕਟਰ, ਡੈਪਟੀ ਚੀਫ, ਅਸਿਸਟੈਂਟ ਚੀਫ, ਚੀਫ, ਯੂ ਨੋ, 3-star ਚੀਫ. ਸੋ ਉਸ ਤੋਂ ਬਾਅਦ 4-star ਚੀਫ, ਜੋ ਕਿ ਚੀਫ ਆਫ ਡਿਪਾਰਟਮੈਂਟ ਹੈ, ਉਹ ਹਾਈਐਸਟ ਯੂਨੀਫਾਰਮ ਰੈਂਕ ਹੈ. ਤੋ ਜੋ ਪੁਲਿਸ ਕਮਿਸ਼ਨਰ ਹੈ ਜੀ, ਕਿਉਂਕਿ 5-star ਹੈ, ਅਤੇ ਲੇਕਿਨ ਉਹ ਸਿਵਲੀਅਨ ਰੈਂਕ 'ਚ ਆ ਜਾਂਦਾ. ਸੋ ਸਾਡੇ 'ਤੇ ਸਭ ਤੋਂ ਹਾਈਐਸਟ 4-star ਜਿੰਨੇ ਦੇ ਲੱਗੇ ਹੁੰਦੇ, ਉਹ ਸਭ ਤੋਂ ਹਾਈਐਸਟ ਰੈਂਕ ਹੋ ਜਾਂਦਾ. ਠੀਕ ਹੈ ਜੀ. ਹਾਂਜੀ. ਅਤੇ ਲੇਕਿਨ ਸਾਡੇ ਸਿੱਖ ਜੋ ਕਿ ਹਾਈਐਸਟ ਰੈਂਕ ਐਨ ਵਾਈ ਪੀ ਡੀ 'ਚ, ਉਹ ਲੁਟੈਨੈਂਟ ਹੈ ਇਸ ਟਾਈਮ, ਜੋ ਕਿ ਆਪਣੇ ਸਭ ਤੋਂ ਪਹਿਲਾਂ ਆਪਣੇ ਸਿੱਖ ਸੀਗੇ ਸੰਧੂ, ਲੁਧਿਆਣਾ ਸੰਧੂ, ਜੋ ਕਿ ਵਨ ਪੁਲਿਸ ਪਲਾਜ਼ਾ ਦੇ ਵਿੱਚ ਕੰਮ ਕਰਦੇ ਨੇ, ਅਤੇ ਹੁਣ ਆਪਣੇ ਆਲਸੋ ਇੱਕ ਫੀਮੇਲ, ਆਪਣੇ ਕੁੜੀ, ਆਪਣੇ ਪੰਜਾਬੀ ਕੁੜੀ, ਜੋ ਕਿ ਆਲਸੋ ਲੁਟੈਨਰ ਬਣੀ ਹੈ, ਪ੍ਰਤਿਮਾ, ਜੋ ਕਿ ਬ੍ਰੋਂਕਸ ਵਿੱਚ ਕੰਮ ਕਰਦੀ ਹੈ. ਸੋ ਇਹ ਸਭ ਤੋਂ ਹਾਈਐਸਟ ਰੈਂਕ ਨੇ ਜੋ ਕਿ ਐਨ ਵਾਈ ਪੀ ਡੀ. ਵੈਰੀ ਨਾਈਸ. ਅਤੇ ਜਦ ਤੁਸੀਂ ਇੱਥੇ ਪੁਲਿਸ ਸਰਵਿਸ ਜੁਆਇਨ ਕਰਦੇ ਹੋ, 5 boroughs ਵਿੱਚ ਹੀ ਤੁਹਾਡੀ ਪਲੇਸਮੈਂਟ ਹੁੰਦੀ ਹੈ ਜਾਂ ਕਿਧਰੇ ਹੋਰ ਵੀ ਹੋ ਸਕਦੀ ਹੈ? ਹਾਂਜੀ, ਕਲੀਫਾ, ਜੋ ਕਿ ਐਨ ਵਾਈ ਪੀ ਡੀ ਕੱਲੀ ਕਵਰ 5 boroughs ਕਰਦੀ ਆ, ਲੇਕਿਨ ਮੈਂ ਪਹਿਲਾਂ ਵੀ ਕਿਹਾ ਸੀ ਤੁਸੀਂ ਟ੍ਰਾਂਜ਼ਿਟ 'ਚ ਵੀ ਜਾ ਸਕਦੇ ਹਾਂ ਅਤੇ ਤੁਸੀਂ ਹਾਊਸਿੰਗ ਵਿੱਚ ਵੀ ਜਾ ਸਕਦੇ ਹਾਂ, ਲੇਕਿਨ ਸ਼ੁਰੂਆਤ ਹਮੇਸ਼ਾ ਤੋਂ 5 boroughs ਕਿਤੇ ਵੀ ਹੋ ਸਕਦੀ ਹੈ. ਅੱਛਾ. ਜਿਹੜੇ ਤੁਸੀਂ ਨੋਨ ਯੂਨੀਫਾਰਮਡ ਉਹ ਦੱਸ ਰਹੇ ਸੀਗੇ, ਉਸਦੇ ਵਿੱਚ ਕੀ ਰੈਂਕਸ ਹੁੰਦੇ ਨੇ ਅਤੇ ਕਿੱਥੇ ਤੱਕ ਜਾਂਦੇ? ਉਹਦੇ ਵਿੱਚ ਰੈਂਕ ਹੁੰਦੇ ਜਿੱਦਾਂ ਤੁਸੀਂ ਜਿਹੜੇ ਨੋਨ ਰੈਂਕ ਨੇ ਉਹਦੇ ਵਿੱਚ ਤੁਹਾਨੂੰ ਸ਼ੁਰੂ ਕਰਦੇ, ਤੁਸੀਂ ਕਿਸੇ ਵੀ ਇਹ ਲੈ ਸਕਦੇ, ਜੋਬ ਲੈ ਸਕਦੇ ਨੇ. ਪਰ ਜਿੱਦਾਂ ਉਹਦੇ ਵਿੱਚ ਜਿਹੜੀਆਂ ਵੱਖਰੀਆਂ ਜੋਬਾਂ ਹੈਗੀਆਂ ਨੇ, ਇੱਕ ਹੈਗੀ ਆ 911, ਜੋ ਤੁਸੀਂ 911 ਕਾਲ ਕਰਦੇ ਨੇ, ਠੀਕ ਹੈ ਜੀ, ਜਿਹੜੇ ਫੋਨ ਚੱਕਦੇ ਨੇ, ਠੀਕ ਹੈ ਜੀ, ਉਹਨਾਂ ਨੂੰ ਕਹਿੰਦੇ ਆ ਪੁਲਿਸ ਕਮਿਊਨੀਕੇਸ਼ਨਸ, ਰਾਈਟ? ਠੀਕ ਹੈ ਜੀ. ਸੋ ਉਹਦੀ ਜੋਬ ਹੈਗੀ ਆ ਜੀ, ਉਹ ਸਿਵਲੀਅਨ ਜੋਬ ਆ, ਤੁਸੀਂ ਉਹਦੀ ਅਪਲਾਈ ਕਰ ਸਕਦੇ ਨੇ. ਤੁਹਾਨੂੰ ਸਿਰਫ ਉਹਦੇ ਲਈ ਜਿੱਦਾਂ ਹਾਈ ਸਕੂਲ ਡਿਪਲੋਮਾ ਚਾਹੀਦਾ ਆ. ਅੱਛਾ, ਵੈਰੀ ਨਾਈਸ. ਦੈਟਸ ਆਲ ਯੂ ਨੀਡ, ਐਂਡ ਯੂ ਡੋਨਟ ਹੈਵ ਟੂ ਬੀ ਪੇਸ ਵਗੈਰਾ ਸਭ ਬੈਨੀਫਿਟਸ. ਉਹਦੇ ਸਾਰੇ ਪੇਸ ਹੁੰਦੀਆਂ ਨੇ, ਹਾਂਜੀ. ਉਹਦੀ ਪੇ ਸ਼ੁਰੂ ਹੁੰਦੀ ਆ ਜਿੱਦਾਂ $40,000 ਤੋਂ, ਓਕੇ ਜੀ, ਐਂਡ ਦੈਨ ਇਟ ਗੋਸ ਅਪ ਟੂ 55 or 60, ਓਕੇ, ਰਾਈਟ? ਓਕੇ. ਤਾਂ ਜਿੱਦਾਂ ਇੱਕ ਉਹ ਜੋਬ ਹੋ ਗਈ ਜੀ. ਦੂਜੀ ਜਿਹੜੇ ਜੋਬ ਨੇ ਜਿਹਦੇ ਨੇ ਸਕੂਲ ਸੇਫਟੀ ਏਜੰਟ ਬਣਨਾ ਆ, ਉਹ ਸਕੂਲ ਦੇ ਅੰਦਰ ਕੰਮ ਕਰਦੇ ਨੇ, ਤਾਂ ਉਹਨਾਂ ਦੀ ਜੋਬ ਵੀ ਇੱਦਾਂ ਹੀ ਆ. ਉਹਨਾਂ ਨੂੰ ਸਿਰਫ 21 ਈਅਰਸ
you have to be 21 years to be old, mm-hmm. and you only need high school diploma or GED for that job too. And ਉਹਨਾਂ ਦੀ ਸੈਲਰੀ ਸ਼ੁਰੂ ਹੁੰਦੀ ਆ ਅਰਾਊਂਡ 32,000 okay. and it goes up. And ਉਹਨਾਂ ਦੇ ਜੋ ਲੈਵਲ ਹੁੰਦੇ ਨੇ ਜਿੱਦਾਂ ਤੁਹਾਨੂੰ ਦੱਸਿਆ ਕਿ ਤੁਸੀਂ ਸੁਪਰਵਾਈਜ਼ਰ ਬਣ ਸਕਦੇ ਆ ਉਹਦੇ ਵਿੱਚ, ਉਹਨਾਂ ਤੁਹਾਡੀ ਤਰੱਕੀ ਹੁੰਦੀ ਆ ਨਾਲ, ਤੁਹਾਨੂੰ ਉਹਦੇ ਵਿੱਚ ਸੈਲਰੀ ਵੀ ਵੱਧ ਮਿਲਦੀ ਆ ਤੇ ਉਹ ਕਦੇ ਵੀ ਕੋਈ ਐਗਜ਼ਾਮ ਦੇ ਕੇ ਐਗਜ਼ਾਮ ਹਾਂਜੀ ਉਹਦੇ ਐਗਜ਼ਾਮ ਖੋਲਦੇ ਨੇ ਸਰਵਿਸ ਵਿੱਚ ਆ ਸਕਦੇ ਹਾਂਜੀ ਹਾਂ ਆ ਸਕਦੇ ਹਾਂਜੀ ਇਹ ਵੀ ਆਪਸ਼ਨ ਹੈ ਕਿ ਤੁਸੀਂ ਮੰਨ ਲਓ ਕਿ ਤੁਸੀਂ ਸ਼ੁਰੂ ਕੀਤਾ ਸਕੂਲ ਸੇਫਟੀ ਜੀ ਪਰ ਤੁਸੀਂ NYPD ਦਾ ਯੂਨੀਫਾਰਮ ਐਗਜ਼ਾਮ ਲੈ ਲਿਆ ਆ ਠੀਕ ਹੈ ਤੁਸੀਂ ਜਦੋਂ ਆਊਗਾ ਪਰ ਜਦ ਮੰਨ ਲਓ ਤੁਸੀਂ ਜਿਹੜਾ ਸਕੂਲ ਸੇਫਟੀ ਆ ਜਾਂ ਸਕੂਲ ਕ੍ਰਾਸਿੰਗ ਗਾਰਡ ਆ ਜਾਂ ਪੁਲਿਸ ਕਮਿਊਨੀਕੇਸ਼ਨ ਆ ਤੁਸੀਂ 2 4 5 ਸਾਲ ਜਾਬ ਕੀਤੀ ਆ ਉਹ ਤੁਹਾਡੀ ਕਾਊਂਟ ਹੋ ਜੂਗੀ ਠੀਕ ਹੈ ਜਿਹੜੀ ਇਹਦੇ ਵਿੱਚ ਠੀਕ ਹੈ ਜੀ ਬਾਕੀ ਫਿਰ ਸਕੂਲ ਕ੍ਰਾਸਿੰਗ ਗਾਰਡ ਨੇ ਬਹੁਤ ਵਧੀਆ ਜੌਬ ਆ ਜਿਹੜੀਆਂ ਆਪਣੇ ਲੇਡੀਜ਼ ਦੇ ਵਿੱਚ ਬਹੁਤ ਜੌਬ ਆਪਣੇ ਘਰੇ ਕਿ ਉਹ ਤੁਸੀਂ ਪਾਰਟ ਟਾਈਮ ਕੰਮ ਕਰ ਸਕਦੇ ਆ ਜਾਂ ਫੁੱਲ ਟਾਈਮ ਸੋ ਤੁਸੀਂ ਸਵੇਰੇ ਜਦੋਂ ਸਕੂਲ ਸ਼ੁਰੂ ਹੁੰਦਾ ਆ ਤਾਂ ਬੱਚਿਆਂ ਨੂੰ ਸਟਰੀਟਸ ਕ੍ਰਾਸ ਕਰਾਉਣੀਆਂ ਨੇ ਜੀ ਉਹ ਤੋਂ ਬਾਅਦ ਤੁਹਾਡੇ ਕੋਲ ਆਫਟਰਨੂਨ ਵਿਹਲੀ ਆ ਜੀ ਜੀ ਫਿਰ ਜਦੋਂ ਸਕੂਲ ਖਤਮ ਹੋਣਾ ਆ ਤੁਸੀਂ ਫਿਰ ਆਪਣੀ ਆ ਕੇ ਜੌਬ ਸ਼ੁਰੂ ਕਰ ਲੈਣੀ ਆ ਉਸੇ ਟਾਈਮ ਹੈ ਜੌਬ ਹੈਗੀ ਹਾਂਜੀ ਹਾਂ ਇਦਾਂ ਦੀ ਜੌਬ ਆ ਤੁਸੀਂ ਦੁਪਹਿਰ ਨੂੰ ਤੁਸੀਂ ਘਰੇ ਜਾ ਸਕਦੇ ਆ ਜੋ ਮਰਜ਼ੀ ਕਰ ਸਕਦੇ ਆ ਠੀਕ ਹੈ ਜੀ ਐਂਡ ਇਟਸ ਅ ਗੁੱਡ ਸੈਲਰੀ ਉਹ ਤੋਂ ਬਾਅਦ ਆਪਣੀ ਹੈਗੀ ਆ ਜੀ ਵਲੰਟੀਅਰ ਜੇ ਤੁਸੀਂ ਕਰਨਾ ਚਾਹੁੰਦੇ ਜੇ ਤਾਂ ਐਗਜ਼ਿਲਰੀ ਪੁਲਿਸ ਹੈਗੀ ਆ ਉਹਨਾਂ ਨੂੰ ਕੋਈ ਸੈਲਰੀ ਨਹੀਂ ਮਿਲਦੀ ਪਰ ਐਜ਼ ਇਟਸ ਲਾਈਕ ਆਈਸ ਐਂਡ ਈਅਰਸ ਆਫ ਦ ਡਿਪਾਰਟਮੈਂਟ ਜਿੱਦਾਂ ਤੁਸੀਂ ਉਹਨੂੰ ਤਾਂ ਉਹ ਤੁਸੀਂ ਜੇ ਦੇਖਣਾ ਚਾਹੁੰਦੇ ਕਿ NYPD ਕਿੱਦਾਂ ਆ ਤੁਸੀਂ ਯੰਗ ਆ ਜਾਂ ਐਨੀ ਏਜ ਤੁਸੀਂ ਡਿਪਾਰਟਮੈਂਟ ਨੂੰ ਜੁਆਇਨ ਕਰਨਾ ਚਾਹੁੰਦੇ ਜੇ ਤੁਸੀਂ ਵਲੰਟੀਅਰ ਕਰ ਸਕਦੇ ਨੇ ਬਕਾਇਦਾ ਉਹਨਾਂ ਨੂੰ ਯੂਨੀਫਾਰਮ ਮਿਲਦੀ ਆ ਤਾਂ ਤੁਸੀਂ ਪਟੀਸ਼ਨ ਚਾਹ ਕੇ ਦੇਖਦੇ ਕਿੱਦਾਂ ਜੌਬ ਹੁੰਦੀ ਆ ਐਂਡ ਇਫ ਯੂ ਲਾਈਕ ਇਟ ਤੁਸੀਂ ਨਾਲ ਨਾਲ ਐਗਜ਼ਾਮ ਦੇ ਸਕਦੇ ਆ ਤਾਂ ਤੁਸੀਂ ਬਾਅਦ 'ਚ ਪਰਸਿਊ ਕਰ ਸਕਦੇ ਆ ਉਹ ਡਿਪਾਰਟਮੈਂਟ ਠੀਕ ਹੈ ਬਾਕੀ ਜਦੋਂ ਦੱਸਿਆ ਗੁਰਵਿੰਦਰ ਨੇ ਜਿਹੜੇ ਰੈਂਕ ਹੁੰਦੇ ਨੇ ਉਹਨਾਂ ਨਾਲ ਸੈਲਰੀ ਵੀ ਬਹੁਤ ਵਧੀਆ ਵੱਧਦੀ ਆ ਸੋ ਐਵਰੀ ਪ੍ਰੋਮੋਸ਼ਨ ਯੂ ਗੈਟ ਯੂ ਗੈਟ ਅ ਰੀਲੀ ਗੁੱਡ ਸੈਲਰੀ ਜਿਹੜੇ ਯੂਨੀਫਾਰਮ ਰੈਂਕਸ ਹਨ ਉਹਨਾਂ ਦੀ ਸੈਲਰੀ ਕਿੱਥੋਂ ਸ਼ੁਰੂ ਸੈਲਰੀ ਜੀ ਜਿਹੜੀ NYPD ਦੀ ਆ ਸ਼ੁਰੂ ਹੁੰਦੀ ਆ ਇਸ ਵੇਲੇ 42 ਤੋਂ ਬਟ ਐਵਰੀ ਈਅਰ ਵੀ ਗੋਸ ਅਪ ਐਂਡ 5 ਸਾਲ ਬਾਅਦ ਤੁਹਾਡੀ ਟਾਪ ਸੈਲਰੀ ਹੋ ਜਾਂਦੀ ਆ ਵਿਚ ਇਜ਼ $85,000 $85,000 ਅ ਈਅਰ ਪਰ ਉਹਦੇ ਨਾਲ ਤੁਹਾਨੂੰ ਓਵਰਟਾਈਮ ਮਿਲ ਸਕਦਾ ਆ ਸੋ ਯੂ ਕੈਨ ਈਜ਼ਲੀ ਮੇਕ $90,000-$100,000 ਈਜ਼ਲੀ Sergeant di it start from anywhere from 109,000 to 140 it mm-hmm. depends overtime bonus milta so you can do that mm-hmm. lieutenant di anywhere from 140 to 1 you can go up to 170 these are very good so salaries so these are good salaries and kehne ki benefits bade acche hote benefits you get vacation days paid vacation days mm-hmm. you get as I said you get your Medicare dental every pension and it's not only you if, as a police officer any rank you have mm-hmm. your family gets those benefits too with you so mm-hmm. I think it's a really good career option from all points of view. Gurvinder ji, sanu tusi is Sikh Officers Association bare kuch dasso. So assi 2016 ch tuhanu dassya pehla vi assi kuch ikatthe ho ke assi decide kita ke kise tarah apne religion nu duniya di sab to badi police department ch represent kariye. So kyunki ਅਗਰ ਤੁਸੀਂ NYPD 'ਚ ਉਸ ਟਾਈਮ ਹੁਣ ਯੂ ਨੋ ਆਪਣੇ ਸਾਡੇ ਮੁਸਲਿਮ ਆਫਿਸਰ ਸੁਸਾਇਟੀ ਵੀ ਆ ਸ਼ਾਰਮਨ ਸੁਸਾਇਟੀ ਹੈ ਜੋ ਕਿ ਜੂਸ਼ ਨੂੰ ਰੈਪ੍ਰਜੈਂਟ ਕਰਦੀ ਹੈ ਹੋਲੀ ਨੇਮ ਕਰਦੀ ਆ ਜੋ ਕ੍ਰਿਸ਼ਨਸ ਨੂੰ ਲੇਕਿਨ ਆਪਣੇ ਸਿੱਖੀ ਬਾਰੇ ਕੁਛ ਹੈ ਨਹੀਂ ਸੀ ਅਤੇ ਆਪਣੇ ਕਮਿਊਨਿਟੀ ਵੀ ਇੰਨਾ ਪਤਾ ਨਹੀਂ ਸੀ NYPD ਬਾਰੇ ਕਿ NYPD ਕੀ ਹੈ ਸੋ ਅਸੀਂ ਡਿਸਾਈਡ ਕੀਤਾ ਕਿ ਕਿਸੇ ਤਰ੍ਹਾਂ ਆਪਣੀ ਸਿੱਖੀ ਨੂੰ ਜੀ ਇਸ ਡਿਪਾਰਟਮੈਂਟ 'ਚ ਪ੍ਰਮੋਟ ਕਰੀਏ ਅਤੇ ਕਿਸੇ ਤਰ੍ਹਾਂ ਪੱਗ ਨੂੰ ਦਸਤਾਰ ਨੂੰ ਅਤੇ ਦਾੜੀ ਨੂੰ ਅਸੀਂ ਫੋਰਫਰੰਟ 'ਤੇ ਲਿਆਈਏ ਅਤੇ ਦੱਸੀਏ ਕਿ ਸਾਡੀ ਆਪਣੀ ਦਸਤਾਰ ਕੀ ਆਪਣੀ ਦਾੜੀ ਕੀ ਹੈ ਕਿ ਇਹ ਅਪਰੂਵ ਕਰ ਸਕਣਾ ਹੈ ਨਾ ਸੋ ਇਹ ਸਾਡਾ ਪਹਿਲਾ ਗੋਲ ਸੀ ਅਤੇ ਉੱਪਰੋਂ ਸੈਕਿੰਡ ਸੀ ਆਪਣੇ ਯੂਥ ਨੂੰ ਐਜੂਕੇਟ ਕਰਨਾ ਜੋ ਬਹੁਤ ਇੰਪੋਰਟੈਂਟ ਗੱਲ ਹੈ ਕਿ ਆਪਣੇ ਜਿਹੜਾ ਯੂਥ ਹੈ ਉਹਨੂੰ ਸਹੀ ਡਾਇਰੈਕਸ਼ਨ 'ਤੇ ਲੈ ਕੇ ਜਾਈਏ ਜੀ ਜੀ ਕਿਉਂਕਿ ਆਪਣੇ ਬਹੁਤ ਆਪਣੇ ਥਰੂ ਆਰ ਲਾਈਫ ਬਹੁਤ ਆਪਣੀ ਆਪਰਚੁਨਿਟੀਜ਼ ਮਿਲਦੀਆਂ ਅਤੇ ਆਪਾਂ ਨੂੰ ਕੋਈ ਆਪਣੇ ਉਹ ਵੀ ਮਿਲਦੀ ਜਿਹੜੀ ਆਪਾਂ ਨੂੰ ਸਾਈਡ ਲਾਈਨ ਸਾਈਡ 'ਤੇ ਕਰ ਸਕਦੇ ਹਾਂ ਆਪਣਾ ਪਰ ਆਪਾਂ ਇਹ ਗਾਈਡ ਕਰਨਾ ਚਾਹੁੰਦੇ ਆਪਣੀ ਕਮਿਊਨਿਟੀ ਕਿ ਸਿੱਧਾ ਦੇਖੀਏ ਕਿ ਆਪਣੇ ਸਹੀ ਰਸਤੇ 'ਤੇ ਜਾਈਏ ਸੋ ਇਹ ਵੀ ਅਸੀਂ ਆਪਣੇ ਯੂਥ ਨਾਲ ਇਵੈਂਟ ਵੀ ਕਰਦੇ ਹਾਂ ਅਸੀਂ ਆਪਣੇ ਕੌਣ ਗੁਰਦੁਆਰਿਆਂ 'ਚ ਵੀ ਜਾਂਦੇ ਹਾਂ ਅਤੇ ਉੱਥੇ ਲੋਕ ਆਪਣੇ ਯੰਗਸਟਰ ਪੁੱਛਦੇ ਨੇ ਕਿ ਅਸੀਂ ਕਿੱਦਾਂ ਜੁਆਇਨ ਕਰ ਸਕਦੇ ਹਾਂ ਆਹ ਕਰ ਸਕਦੇ ਹਾਂ ਲੇਕਿਨ ਬਹੁਤ ਇੰਪੋਰਟੈਂਟ ਗੱਲ ਹੈ ਕਿ ਆਪਣੀ ਸਿੱਖੀ ਨੂੰ ਆਪਾਂ ਪਬਲਿਕ ਸਰਵਿਸ ਵਿੱਚ ਵੀ ਰੈਪ੍ਰਜੈਂਟ ਕਰੀਏ ਕਿਉਂਕਿ ਕਿ ਹੁਣ ਆਪਾਂ ਚਲੋ ਸਾਰਿਆਂ ਦੀ ਖੁਆਇਸ਼ ਹੁੰਦੀ ਕਿ ਆਪਣੇ ਸਾਡੇ ਡਾਕਟਰ ਬਣਨ ਯੂ ਨੋ ਇੰਜੀਨੀਅਰ ਬਣਨ ਲਾਇਰਸ ਬਣਨ ਲੇਕਿਨ ਇਹ ਵੀ ਇੱਕ ਬਹੁਤ ਫੀਲਡ ਇਹ ਹੈ ਅੱਛਾ ਪ੍ਰੋਫੈਸ਼ਨ ਹੈ ਬੜਾ ਵੈਲ ਪੇਇੰਗ ਪ੍ਰੋਫੈਸ਼ਨ ਹੈ ਬੜਾ ਰਿਸਪੈਕਟੇਬਲ ਪ੍ਰੋਫੈਸ਼ਨ ਹੈ ਔਰ ਇਹ ਜਿਹੜੀ ਤੁਹਾਡੀ ਆਰਗਨਾਈਜੇਸ਼ਨ ਕੰਮ ਕਰ ਰਹੀ ਹੈ ਇਹ ਤੁਸੀਂ ਸਾਡੇ ਜਿਹੜਾ ਯੂਥ ਹੈ ਤੁਸੀਂ ਦੱਸਿਆ ਕਿ ਤੁਸੀਂ ਗੁਰਦੁਆਰੇ ਵੀ ਜਾਂਦੇ ਹੋ ਉਹ ਵੱਧ ਤੋਂ ਵੱਧ ਉਹਨਾਂ ਨੂੰ ਪਤਾ ਚੱਲ ਸਕੇ ਕਿ ਇਸ ਇਹਦਾ ਪ੍ਰੋਸੈਸ ਕੀ ਹੈ ਔਰ ਐਜ਼ ਅ ਕਰੀਅਰ ਆਪਸ਼ਨ
ਇਸ ਦੀ ਕਰਕੇ ਕੋਈ ਕੋਈ ਐਸੀ ਕੋਈ ਵੈਬਸਾਈਟ ਕੋਈ ਐਸੀ ਉਹ ਹੈਗੀ ਹੈ ਜਿੱਥੇ ਦੇ ਕੇ ਰੀਚ ਆਊਟ ਟੂ ਯੂ? ਯਾ ਆਈ ਮੀਨ ਸਾਡੇ sikhofficers.org ਸਾਡੀ ਵੈਬਸਾਈਟ ਹੈ, ਲੇਕਿਨ ਮੈਜੋਰਟੀ ਆਫ ਸਾਡੇ ਆਉਂਦੇ ਆ ਫੇਸਬੁੱਕ 'ਤੇ ਸਿੱਖ ਆਫਿਸਰਸ ਐਸੋਸੀਏਸ਼ਨ 'ਤੇ, ਸਾਨੂੰ ਫਾਲੋ ਕਰਕੇ ਕੋਈ ਵੀ ਕੁਐਸਚਨ ਹੈ ਤੁਹਾਡਾ ਤੁਸੀਂ ਸਾਨੂੰ ਡਿਸਕਸ ਕਰ ਸਕਦੇ ਹਾਂ, ਕਿਉਂਕਿ ਨਵੰਬਰ ਵਿੱਚ ਦੁਬਾਰਾ NYPD ਐਗਜ਼ਾਮ ਖੋਲ ਰਹੀ ਹੈ ਪੁਲਿਸ ਆਫਿਸਰ ਦਾ। ਬਹੁਤ ਇੰਪੋਰਟੈਂਟ ਹੈ ਕਿ ਆਪਣੇ ਸਾਰੇ ਹੀ ਉਸ ਜਿਨ ਬਾਅਦ 'ਚੋਂ ਵੱਧ ਜਾ ਕੇ ਆਪਣੇ ਟੈਸਟ ਦੇਣ, ਕਿਉਂਕਿ ਐਗਜ਼ਾਮ ਹਰ ਸਾਲ ਨਹੀਂ ਹੁੰਦਾ, ਹਰ ਸਾਲ ਨਹੀਂ ਹੁੰਦਾ, ਇਹ ਓਪਨ ਕਰਦੇ ਨੇ ਅਤੇ ਹੁਣ ਨਵੰਬਰ 'ਚ ਓਪਨ ਹੋ ਰਿਹਾ ਦੁਬਾਰਾ, ਅਤੇ ਇਹਦੀ ਫਾਈਲਿੰਗ ਪੀਰੀਅਡ ਆਈ ਥਿੰਕ ਅਕਤੂਬਰ 'ਚ ਆਵੇਗੀ, ਅਤੇ ਉਸ ਫਾਈਲ ਕਰਕੇ ਤੁਸੀਂ ਨਵੰਬਰ 'ਚ ਟੈਸਟ ਦੇ ਸਕਦੇ ਹਾਂ। ਅਤੇ ਕਿਉਂਕਿ ਹੁਣ ਇਹਦਾ ਅਗਰ ਤੁਹਾਡੇ ਸਕੋਰ ਵਧੀਆ ਆਉਣ ਵਿਦਇਨ ਅ ਈਅਰ ਯੂ ਕੈਨ ਗੈਟ ਹਾਇਰਡ। ਕੋਈ ਮਿਨੀਮਮ ਏਜ ਹੈਗੀ ਹੈ? 21 ਇਜ਼ ਦਾ ਏਜ, 21 ਇਜ਼ ਦਾ ਏਜ, 21 ਇਜ਼ ਟੂ ਗੈਟ ਹਾਇਰਡ ਐਂਡ ਟੂ ਸਟਾਰਟ ਅ ਪ੍ਰੋਸੈਸ ਯੂ ਕੈਨ ਬੀ 17। ਕੋਈ ਮੈਕਸਿਮਮ ਏਜ? 34, unless you have a military background, then you can extend. Okay. ਅਤੇ ਸਾਡੇ ਜਿਹੜੇ ਯੂਥ ਹੂ ਆਰ ਬਿਟਵੀਨ ਦ ਏਜ ਆਫ 17 and 34, ਉਹ ਇਸ ਗੱਲ ਨੂੰ ਕਲੋਜ਼ਲੀ ਸੁਣਨ, ਨਵੰਬਰ 2019 ਵਿੱਚ ਇਹ ਐਗਜ਼ਾਮ ਹੋ ਰਿਹਾ, ਇਹ ਹਰ ਸਾਲ ਨਹੀਂ ਹੁੰਦਾ, ਇਹ ਇੱਕ ਬੜੀ ਅੱਛੀ ਓਪਰਚੁਨਿਟੀ ਹੈ ਉਹਨਾਂ ਵਾਸਤੇ। ਯੂ ਵਾਂਟ ਮੋਰ ਇਨਫੋਰਮੇਸ਼ਨ, ਪਲੀਜ਼ ਰੀਚ ਆਊਟ ਟੂ ਦ ਸਿੱਖ ਆਫਿਸਰਸ ਐਸੋਸੀਏਸ਼ਨ, ਔਰ ਤੁਸੀਂ ਆਪਣੇ ਜਿਹੜੇ ਲੋਕਲ ਚੈਪਟਰਸ ਦੇ ਜਿੱਥੇ ਵੀ ਕੋਈ ਵੀ ਪੁਲਿਸ ਦੀ ਇਸਟੈਬਲਿਸ਼ਮੈਂਟ ਹੈਗੀ ਹੈ ਉਹਨਾਂ ਕੋਲ ਤੁਸੀਂ ਰੀਚ ਆਊਟ ਕਰ ਸਕਦੇ ਹੋ, ਐਂਡ ਐਟਲੀਸਟ ਲੁੱਕ ਐਟ ਇਟ ਐਜ਼ ਅ ਕਰੀਅਰ ਆਪਸ਼ਨ, ਇਸ ਨੂੰ ਐਕਸਪਲੋਰ ਕਰੋ, ਇੱਕ ਬੜਾ ਹੀ ਰਿਸਪੈਕਟੇਬਲ ਐਂਡ ਵੈਲ ਪੇਇੰਗ ਪ੍ਰੋਫੈਸ਼ਨ ਹੈ। ਅਸੀਂ ਐਂਡ ਮੈਂ ਇੱਕ ਚੀਜ਼ ਤੁਹਾਡੇ ਤੋਂ ਸੁਣਨਾ ਚਾਹਾਂਗਾ, ਡੂ ਯੂ ਸੇ ਦੈਟ ਦਿਸ ਕਰੀਅਰ ਇਜ਼ ਓਪਨ ਐਜ਼ ਮੱਚ ਟੂ ਵਿਮੈਨ, ਟੂ ਆਰ ਗਰਲਸ ਐਜ਼ ਟੂ ਆਰ ਬੋਇਜ਼? ਐਬਸੋਲੂਟਲੀ, ਇਟ ਇਜ਼ ਐਜ਼ ਓਪਨ ਐਜ਼ ਟੂ ਐਨੀਬਾਡੀ, ਡਸਨਟ ਮੈਟਰ। ਸੋ ਆਪਣੇ ਵੀ ਹੈਵ ਲਾਟ ਆਫ ਫੀਮੇਲਸ ਨਿਊ ਪੰਜਾਬੀ ਗਰਲਸ ਜਿਹੜੀਆਂ ਆ ਰਹੀਆਂ ਨੇ ਜੀ, ਵੀ ਹੈਵ ਐਕਚੁਅਲੀ ਵਨ ਇਨ ਦ ਅਕੈਡਮੀ ਰਾਈਟ ਨਾਓ, ਐਂਡ ਐਜ਼ ਹੀ ਸੈਡ ਯੂ ਨੋ ਦਿਸ ਇਜ਼ ਅ ਲੁਟੈਨੈਂਟ ਯੂ ਨੋ ਐਂਡ ਅ ਕਪਲ ਆਫ ਪੁਲਿਸ ਆਫਿਸਰ। ਸੋ ਅੱਗੇ ਵੀ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਆਪਣੇ ਫੀਮੇਲਸ ਨੇ ਵੀ ਨੇ ਉਹ ਵੀ ਇਹ ਟੈਸਟ ਲੈਣ ਅਤੇ ਇਸ ਯੂ ਨੋ ਕਰੀਅਰ ਦਾ ਫਾਇਦਾ ਮਾਣ ਸਕਣ, ਇਟਸ ਅ ਰੀਅਲੀ ਗੁੱਡ ਕਰੀਅਰ। ਸੋ ਹੈਗੀਆਂ ਮੈਨੇ ਬਹੁਤ ਜ਼ਿਆਦਾ ਨੇ ਇਸ ਵੇਲੇ ਜਿਹਨਾਂ ਨੂੰ ਯੂ ਡੋਨਟ ਨੋ, ਬਟ ਦੇਅਰ ਆਰ ਲਾਟ ਆਫ ਪੁਲਿਸ ਆਫਿਸਰ, ਵੀ ਹੈਵ ਐਕਚੁਅਲੀ ਡਿਟੈਕਟਿਵ NYPD 'ਚ ਆਪਣੇ ਪੁਲਿਸ ਆਫਿਸਰ ਫੀਮੇਲ, ਸੋ ਦੇਅਰ ਆਰ ਐਂਡ ਦ ਓਪਰਚੁਨਿਟੀਜ਼ ਦੇਅਰ ਫੋਰ ਦੈਮ। A lot of opportunities, and we want, you know, more and more Sikhs, Punjabis, Indians to join. I mean, it's and not even here, we are actually promoting this all over United States, and we have officers in Texas, Florida, California, who are actually, you know, taking this at an advantage, and they actually contact us on Facebook te. So jinnan di koi problem hundi ya koi jinna pag bande to ajje department chote ne unnu pata nahi ga, so they actually contact us ki ha bhi e bande ne pag bandi ya ja wall rakhe te inna da ki procedure ya. So Gurvinder actually talks to them and tells them ki tusi e ni pag le sakde ha aa color di, we actually provide them pagga naal. E je todi organization hai, a national organization hai, national haan ji, United States haan ji, we help everybody in United States jo ki police officer banna chahunda ya kise bhi state kise bhi city ch, they can reach out to us and we will do our best talk into their department with their chiefs and get them on the job with pug and dadi. Gurvinder ji, Navdeep ji, tola bahut bahut shukriya, thank you so much, and I hope ki this has been really helpful. Thank you very much for taking on the time today. Thank you so much for having us. Thank you. The way forward ch toda fir swagat hai. Aaj kuch breaking news ਸਾਡੀ ਨੈਸ਼ਨਲ ਪੋਲੀਟਿਕਸ ਵਿੱਚ ਦੋ ਤਿੰਨ ਮੇਜਰ ਹੈਪਨਿੰਗਸ ਹੋਈ ਹਨ, ਅਸੀਂ ਗੱਲ ਕਰਾਂਗੇ ਆਪਣੇ ਪੋਲੀਟੀਕਲ ਕੋਰਸਪੋਂਡੈਂਟ ਜੈਗ ਰਾਜਪਾਲ ਨਾਲ। ਹਾਏ ਜੈਗ। ਹਾਏ ਅਜੋਤ। ਜੈਗ, ਅਸੀਂ ਦੇਰ ਆਰ ਸਮ ਬ੍ਰੇਕਿੰਗ ਨਿਊਜ਼ ਟੂਡੇ, ਬਟ ਪਹਿਲਾਂ ਸਾਨੂੰ ਦੱਸੋ ਇਹ ਕੀ ਸਟੇਟਮੈਂਟ ਦਿੱਤੀ ਹੈ ਪ੍ਰੈਜ਼ੀਡੈਂਟ ਟਰੰਪ ਨੇ ਜਿਸਦੀ ਵਜ੍ਹਾ ਨਾਲ ਕਾਫੀ ਪੋਲੀਟੀਕਲ ਡਿਸਟਰਬੈਂਸ ਚੱਲ ਰਹੀ ਹੈ ਇਸਲੇ ਕੰਟਰੀ ਵਿੱਚ? Yes, Ajot, you know, quite a busy day with news cycle today. Kal rati, Trump in his interview with ABC News, thodi controversy create kar leti unhone. So when ABC News anchor George Stephanopoulos asked him that ki, if a foreign government or a foreign power gives you a dirt on a candidate, would he accept that kind of information? President said, quote-unquote, I think you might want to listen.
There's nothing wrong with listening. Ode baad, you know, George Stephanopoulos pressed again, and he reminded Trump ki FBI Director Christopher Wray ne warn kita si kafi saam pehle ki any such information koi foreign power kisi nu bhi dendi hai, whether you're president ho ya koi aam aadmi ho, then that information should be shared with FBI. And Trump said the FBI, quote-unquote, the FBI director is wrong. And it's not an interference. They have information. I think I would take it. If I thought there was something wrong, I would maybe go to FBI. But if I thought there was something wrong. So this whole discussion and his interview with George Stephanopoulos last night has created a furor. Democrats saying that this is a blatant tear down of democracy by President Trump. They are demanding that, you know, this causes the start of impeachment process. And a lot of Republican people also, they are condemning statement and how Trump approached this topic. Oh, we have had some commendation by the Republicans as well. Yeah, you know, Lindsey Graham said that, you know, what he said was a mistake, grave mistake. But, it's a really strong statement that comes out. I wonder if it's criminal. The law says you cannot accept anything of value from a foreign power, right, for the purposes of election. And whereas money is value, I think an information like this can be seen something of value as well. What do you think? You know, our current campaign finance law says that, you know, we cannot or nobody can accept, you know, anything of value from a foreign power or a foreign citizen. But the question comes, you know, if political information is being passed on, just like what Trump stated in an example yesterday, is that considered a thing of value? Probably not. And you know, to some extent, there's discussions going in the House of Representatives, and the Democrats, they're trying to pass the Anti-Collision Act, where they want to specifically mention that any exchange of political information also should be considered a thing of value. I would argue ki agar koi foreign power tonu ko idda de information dendi hai, it comes with some strings attached. ਉਹ ਤੁਹਾਡੇ ਉੱਪਰ ਕੋਈ ਪਾਵਰ ਐਕਸਰਸਾਈਜ਼ ਕਰਦੇ ਨੇ, ਤੁਹਾਨੂੰ ਉਸਦੇ ਅਗੇਂਸਟ ਬਲੈਕਮੇਲ ਕਰ ਸਕਦੇ ਨੇ ਕਿ ਬਈ ਅਸੀਂ ਜਿਹੜੀ ਇਹ ਪਾਵਰ ਤੂੰ ਇਹ ਯੂਜ਼ ਕੀਤੀ ਹੈ ਜਿੱਤਣ ਲਈ, ਇਹ ਅਸੀਂ ਦਿੱਤੀ ਸੀ, ਐਂਡ ਦਿਸ ਇਜ਼ ਅ ਫੇਵਰ ਦੈਟ ਵੀ ਵੁੱਡ ਵਾਂਟ ਅਗੇਂਸਟ ਦੈਟ. Other than that, we have some other breaking news. We hear that Sarah Sanders is leaving the office. Is that true? Yes, Hajot. You know, Sarah Sanders has been the press secretary for Trump for the last year and a half. She decided to step down. President Trump announced today that by month end, she would be stepping down. She, as you remember, a lot of readers might remember that she's the second press secretary under Donald Trump. And especially her departure comes, you know, within 2 months after Mueller's report came out, where the report said that she lied to reporters about the circumstances surrounding Director James Comey's ouster. And another news, we hear that the Office of Chief Counsel has recommended the removal of White House Counsel Kellyanne Conway. What's going on there? That's correct. You know, that's another very big news that came out today, that the Office of Special Counsel recommended the removal of Kellyanne Conway, you know, who, as we know, she's a senior advisor to President Trump. You know, the immediate response from White House on that was that the Office of Special Counsel should withdraw its recommendation. This is baseless. Henry Koehner, who heads the Office of Special Counsel, he said, you know, that even though this is very unprecedented that, you know, a recommendation like this comes from my office, but he said that so is Kellyanne Conway's behavior as well. It's interesting what happened. The behavior is the violation of the Hatch Act, right?
That's correct, yes. And what exactly is the Hatch Act? You know, the Hatch Act basically says that anybody, any person who is being paid by the federal government, it limits the political activity of such federally federal employees. So they cannot either offer jobs or they cannot be politically involved or be involved in any political organization as such, as long as they are being paid by the federal government. ਹਾਂਜੀ ਹਾਂਜੀ ਔਰ ਉਹ ਐਜ਼ ਅ ਸੀਨੀਅਰ ਐਡਵਾਈਜ਼ਰ ਸ਼ੀ ਹੋਲਡਸ ਅ ਫੈਡਰਲ ਪੋਜੀਸ਼ਨ ਔਰ ਅਸੀਂ ਵੇਖਿਆ ਉਹ ਪ੍ਰੈਜ਼ੀਡੈਂਟ ਟਰੰਪ ਦੀ ਪੋਲੀਟੀਕਲ ਕੈਂਪੇਨਿੰਗ ਕਿਸਮ ਦੀ ਕਰਦੇ ਰਹੇ ਔਰ ਆਪਣੇ ਜਿਹੜੇ ਡੈਮੋਕ੍ਰੈਟਿਕ ਓਪੋਨੈਂਟਸ ਹਨ ਉਹਨਾਂ ਵਾਸਤੇ ਉਹ ਸਟੇਟਮੈਂਟਸ ਲਗਾਤਾਰ ਦਿੰਦੇ ਰਹੇ ਸੋ ਆਈ ਆਈ ਸੀ ਅ ਕਲੀਅਰ ਵਾਇਲੇਸ਼ਨ ਆਫ ਹੈਚ ਐਕਟ ਆਈ ਡੋਂਟ ਨੋ ਵਟ ਇਜ਼ ਦੇਅਰ ਟੂ ਡਿਫੈਂਡ ਇਨ ਦੈਟ Yeah, you know, that's what Office of Special Counsel has said, that, you know, there's been a not one violation, and had it been one or two, you know, they would have given her a pass or just a warning. But, you know, it started with back in 2017, very first when she was new and Trump had just been elected. She went around, you know, touting for Trump's daughter Ivanka's clothing line. She went on even supporting the Senate election in Alabama, where she supported Roger Moore. Roger Moore. She has made disparaging remarks for Joe Biden's policy, Elizabeth Warren, and the story goes on. So they have cited a pattern of violations. And in another news, the dates for Democratic Party primaries for the presidential election have been declared. Is that right? That's right, Jyoti. Yes. So we are looking for the first Democratic debate for the primaries to be held in Miami on June 26th and 27th. Interestingly, it's spread over 2 days. Someone may ask why. Because the large array of candidates that we have in our Democratic primaries, so that's why it's been spread across 2 days. So NBC, which is hosting this first debate, they have chosen 20 out of the 23 candidates for this first debate. And the reason for picking the 20 out of 23 is they set a benchmark of 1% polling. So any candidate who was polling at least average of 1% or higher, they were invited for this debate. Anybody below that, they were not. And who are these three candidates that have been left out? The ones, the three Democrats were left out was Montana Governor Steve Bullock, Massachusetts Rep. Seth Moulton, and Florida Mayor Wayne Messam. So this is June 26th and 27th, 2020. Yes. So we look forward to those debates, and the election season is picking up. It's coming in full steam. ਅਸੀਂ ਵੇਖਦੇ ਰਹਾਂਗੇ ਅਸੀਂ ਉਹ ਸਾਰੀ ਨਿਊਜ਼ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਅਸੀਂ ਲੇਟੈਸਟ ਪੋਲੀਟੀਕਲ ਡਿਵੈਲਪਮੈਂਟਸ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤੁਸੀਂ ਵੇਖਦੇ ਰਹੋ ਦ ਵੇ ਫਾਰਵਰਡ ਥੈਂਕ ਯੂ ਜੈਕ ਥੈਂਕ ਯੂ ਅਜੇ